ਮੋਹ ਚੱਲ ਸੋ ਅੱਗੇ ਮਾਰੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ ਗੁਰੂ ਬਖਸ਼ੀ ਫਤੇ ਨਾਲ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪਾਵਨ ਪੌੜੀ ਦੇ ਵਿੱਚ ਪਹਿਲੀ ਗੱਲ ਮਹਾਰਾਜ ਵਿਰਾਗ ਦੀ ਕਰਦੇ ਨੇ। ਔਰ ਵਿਰਾਗ ਉਪਜਨ ਦੇ ਕਈ ਕਾਰਨ ਨੇ। ਜਦੋਂ ਕਿਸੇ ਚੀਜ਼ ਦੇ ਔਗਣ ਪਤਾ ਲੱਗਦੇ ਨੇ। ਮਨੁੱਖ ਰਾਗ ਬੈ ਦਾ ਮਤਲਬ ਹੁੰਦਾ ਕੱਟਣਾ, ਰਾਗ ਦਾ ਮਤਲਬ ਹੁੰਦਾ ਮੋਹ। ਮੋਹ ਕਟੇ ਹੀ ਉਦੋਂ ਜਾਂਦਾ ਹੈ ਕਿਸੇ ਵੀ ਚੀਜ਼ ਨਾਲ ਜਦੋਂ ਉਹਦੇ ਦੁਰਗਣ ਪਤਾ ਲੱਗਣ। ਔਗਣ ਪਤਾ ਲੱਗਣ ਜਦੋਂ ਤਈ ავਗੁਣ ਨਹੀਂ ਪਤਾ ਲੱਗਣਗੇ ਉਦੋਂ ਤਈ ਕਿਸੇ ਵੀ ਚੀਜ਼ ਦੇ ਨਾਲ ਜੋ ਸਾਡੀ ਅਸਕਤੀ ਹੈ ਉਹ ਕੱਟੀ ਨਹੀਂ ਜਾ ਸਕਦੀ ਉਹ ਕੱਟੀ ਉਦੋਂ ਜਾ ਸਕਦੀ ਹੈ ਜਦੋਂ ਉਹਦੇ ਦੁਰਗੁਣਾ ਦਾ ਪਤਾ ਹੋਵੇ ਐਵੇਂ ਮਨੁੱਖ ਦੀ ਜਿਹੜੀ ਮਾਇਆ ਦੇ ਨਾਲ ਅਸਕਤੀ ਹੈ ਮਾਇਆ ਦੇ ਨਾਲ ਜਿਹੜਾ ਉਹਦਾ ਮੋਹ ਹੈ ਮਾਇਆ ਦੇ ਵਿੱਚ ਰਹਿੰਦਿਆਂ ਹੀ ਉਹਦੀ ਵਰਤੋਂ ਕਰਦੇ ਆ ਪਰ ਮੋਹ ਕੱਟਿਆ ਜਾਏ ਇਹਦੇ ਆਸ ਤੇ ਕਈ ਤੱਤ ਸਹਾਈ ਨੇ ਔਰ ਜਦੋਂ ਤਈ ਇਹ ਮੋਹ ਨਹੀਂ ਕੱਟਿਆ ਜਾਂਦਾ ਮੋਹ ਦੇ ਅਧੀਨ ਮਨੁੱਖ ਨੂੰ ਬਾਰ-ਬਾਰ ਕਦੀ ਮਨੁੱਖ ਹੱਸਦਾ ਹੈ ਕਦੀ ਰੋਂਦਾ ਹੈ ਦਿਨ ਦੇ ਵਿੱਚ ਵੀ ਕਈ ਵਾਰੀ ਉਦੇ ਅੰਦਰ ਕਰੋਧ ਦੀਆਂ ਤਰੰਗਾਂ ਚਲਦੀਆਂ ਨੇ ਕਦੀ ਲੋਭ ਦੀਆਂ ਚਲਦੀਆਂ ਨੇ ਕਦੀ ਹੰਕਾਰ ਦੀਆਂ ਚਲਦੀਆਂ ਨੇ ਇਹਨਾਂ ਸਾਰਿਆਂ ਦਾ ਕੇਂਦਰ ਬਿੰਦੂ ਮੋਹ ਹੈ ਮੋਹ ਤੋਂ ਚਲਦੀ ਹੈ ਸਾਰੀ ਗੱਲ ਕਈ ਵਾਰੀ ਬੇਨਤੀ ਕੀਤੀ ਜਿਹੜਾ ਮਨੁੱਖ ਜੇ ਕਾਮਨਾ ਹੈ ਜਿਹੜਾ ਮਨੁੱਖ ਕਾਮਨਾ ਦੇ ਵਿੱਚ ਸਾਥ ਦੇਵੇ ਕਿਸੇ ਮਨੁੱਖ ਦੀ ਇੱਕ ਇੱਛਾ ਹੈ ਉਸ ਇੱਛਾ ਨੂੰ ਪੂਰੀ ਕਰਨ ਲਈ ਜਿਹੜਾ ਵੀ ਪਰਿਵਾਰ ਦਾ ਮੈਂਬਰ ਸਾਥ ਦੇਵੇਗਾ ਮਨੁੱਖ ਦਾ ਉਹਦੇ ਨਾਲ ਪ੍ਰੇਮ ਹੋ ਜਾਏਗਾ ਉਹਦੇ ਨਾਲ ਸਨੇਹ ਹੋ ਜਾਏਗਾ ਔਰ ਜਿਹੜਾ ਵੀ ਪਰਿਵਾਰ ਦਾ ਮੈਂਬਰ ਉਸ ਆਪਦੇ ਜਿਹੜੇ ਮਨੁੱਖ ਦਾ ਵਿਚਾਰ ਹੈ ਉਹਦੇ ਖਿਲਾਫ ਹੋਏਗਾ ਉਹਦੇ ਨਾਲ ਮਨੁੱਖ ਦਾ ਵੈਰ ਹੋ ਜਾਏਗਾ ਉਹਦੇ ਉੱਤੇ ਕ੍ਰੋਧ ਆਏਗਾ ਇਸ ਕਰਕੇ ਮੋਂ ਸਾਰਾ ਦਿਨ ਹੀ ਮਨੁੱਖ ਕਰਦਾ ਹੈ ਜਿੱਡੀ ਵੱਡੀ ਕੀਮਤੀ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਦੀ ਮਨੁੱਖ ਨੂੰ ਕੀਮਤ ਪਤਾ ਹੈ ਉਸ ਚੀਜ਼ ਨਾਲ ਮੋਹ ਜ਼ਿਆਦਾ ਹੁੰਦਾ ਹੈ ਅਗਰ ਉਹ ਚੀਜ਼ ਵਿਛੜ ਜਾਈ ਕੋਈ ਮਹਿੰਗੀ ਚੀਜ਼ ਹੈ ਮਹਿੰਗੀ ਚੀਜ਼ ਨਾਲ ਵੈਸੀ ਹੀ ਮੋਹ ਜ਼ਿਆਦਾ ਹੈ ਜੇ ਕਿਤੇ ਉਹ ਵਿਛੜ ਜਾਏ ਉਹਦਾ ਦੁੱਖ ਫਿਰ ਮਨੁੱਖ ਤੋਂ ਸਿਆ ਨਹੀਂ ਜਾਂਦਾ ਲੰਮੇ ਅਰਸੇ ਤਾਈ ਲੰਮਾ ਟਾਈਮ ਉਹ ਚੀਜ਼ ਨੂੰ ਯਾਦ ਕਰ ਕਰਕੇ ਉਹਦੇ ਗੁਣ ਯਾਦ ਕਰ ਕਰਕੇ ਰੋਂਦਾ ਰਹਿੰਦਾ ਹੈ ਪਰ ਮਹਾਰਾਜ ਕਹਿੰਦੇ ਨੇ ਕਈ ਜਣੇ ਐਸੇ ਨੇ ਪ੍ਰਮਾਤਮਾ ਦੀ ਸ੍ਰਿਸ਼ਟੀ 'ਚ ਜਿਹੜੇ ਬੈਰਾਗੀ ਬਣ ਗਏ ਨੇ ਭਾਵ ਜਿਨ੍ਹਾਂ ਨੂੰ ਦੁਨੀਆ ਦੀ ਸਚਾਈ ਪਤਾ ਹੈ ਜਿਨ੍ਹਾਂ ਨੂੰ ਇਹ ਪਤਾ ਹੈ ਇਹ ਜਿਹੜੀ ਦੁਨੀਆ ਹੈ ਹੈ ਤੇ ਇਹ ਵਿਸ਼ੇ ਸਮਾਨ ਹੈ ਗੰਦਲਾਂ ਨੇ ਵਿਸ਼ ਦੀਆਂ ਪਰ ਇਹਨਾਂ ਦੇ ਉੱਤੇ ਜਿਹੜੀ ਖੰਡ ਚੜਾਈ ਹੋਈ ਹੈ ਮਿੱਠਾ ਛੜਾਇਆ ਹੋਇਆ ਵੈਸੇ ਕਿੱਥੇ ਖਾਵੇਗਾ ਜਿਵੇਂ ਬੱਚੇ ਨੂੰ ਦਵਾਈ ਕਹਿੰਦੇ ਰਿ ਖਵਾਉਣੀ ਐ ਦਵਾਈ ਕੌੜੀ ਐ ਉੱਤੇ ਮਿੱਠਾ ਚੜਾ ਦਿਓ ਬੱਚਾ ਖਾ ਜਾਂਦਾ ਐ ਐਵੇਂ ਮਾਇਆ ਦਾ ਮੋਹ ਹੈ ਤੇ ਕੌੜਾ ਐ ਪਰ ਮਿੱਠਾ ਲੱਗਦਾ ਐ ਬਾਣੀ ਕਹਿੰਦੀ ਮਿੱਠਾ ਕਰਕੇ ਖਾਇਆ ਤਾਂ ਹੀ ਤੇ ਮਨੁੱਖ ਆ ਜਾਂਦਾ ਮਿੱਠਾ ਪਰ ਮਨੁੱਖ ਖਾਈ ਤੇ ਜਾਂਦਾ ਪਰ ਇਹਦੇ ਰਿਜ਼ਲਟ ਬੜੇ ਮਾਰੇ ਨੇ ਕੌੜਾ ਉਪਦੇਆ ਸਾਧ ਜ਼ਿੰਦਗੀ ਦੁਖਮਈ ਹੋ ਜਾਂਦੀ ਹੈ ਪਹਿਲੀ ਗੱਲ ਮਾਇਆ ਤੋਂ ਰਾਗ ਤੋੜਨ ਲਈ ਮੋਹ ਤੋੜਨ ਲਈ ਪਹਿਲਾ ਮਨੁੱਖ ਨੂੰ ਇਹਦੀ ਸਚਾਈ ਪਤਾ ਹੋਣੀ ਚਾਹੀਦੀ ਹੈ ਇਹ ਹੈ ਕਿ ਜਿੱਥੇ ਇਹ ਰਹਿ ਰਿਹਾ ਹੈ ਇਹ ਕੀ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀ ਚੰਦ ਦੇ ਕੋਲ ਜਾਂਦੇ ਨੇ ਮਹਾਰਾਜ ਇਹ ਵੇਖਦੇ ਨੇ ਇਹ ਦੁਨੀ ਚੰਦ ਮਾਇਆ ਦੇ ਵਿੱਚ ਬੜਾ ਲਿਪਟਾ ਹੈ ਇਹਨੇ ਆਪਣੇ ਘਰ ਦੇ ਉੱਤੇ ਈਵਨ ਝੰਡੇ ਵੀ ਲਾਏ ਹੋਏ ਨੇ ਮੇਰੇ ਕੋਲ ਇੰਨਾ ਪੈਸਾ ਹੈ ਕਿ ਸਾਰਾ ਦਿਨ ਪੈਸਾ ਹੀ ਕਮਾਉਂਦਾ ਸੀ ਮਹਾਰਾਜ ਕਹਿੰਦੇ ਕੱਲਾ ਪੈਸਾ ਕਮਾਉਣਾ ਵਿਸ਼ ਦੇ ਸਮਾਨ ਹੈ ਕੱਲਾ ਪੈਸਾ ਅਗਰ ਕੋਈ ਮਾਇਆ ਦੇ ਨਾਲ ਨਾਲ ਪਰਮਾਰਥ ਦਾ ਵੀ ਕੰਮ ਕਰਦਾ ਹੈ ਫਿਰ ਤੇ ਮਾਇਆ ਉਹ ਸਫਲ ਹੈ ਅਗਰ ਕੱਲੀ ਮਾਇਆ ਹੀ ਕਮਾਉਂਦਾ ਹੈ ਫਿਰ ਉਹਦੀ ਜ਼ਿੰਦਗੀ ਨੂੰ ਉਹ ਤ੍ਰਤਲ ਵੱਲੋਂ ਲੈ ਕੇ ਜਾ ਰਹੀ ਹੈ ਨਰਕ ਵੱਲੋਂ ਲੈ ਕੇ ਜਾ ਰਹੀ ਹੈ ਕਿਉਂਕਿ ਜਦੋਂ ਤਈ ਮਨੁੱਖ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ ਉਦੋਂ ਤਈ ਮਤ ਉਜਲ ਨਹੀਂ ਹੋਏਗੀ ਔਰ ਜਦੋਂ ਤਈ ਮਤ ਉਜਲ ਨਹੀਂ ਹੈ ਉਦੋਂ ਤਈ ਮਨੁੱਖ ਮਾਇਆ ਦਾ ਸਾਧੂ ਉਪਯੋਗ ਨਹੀਂ ਕਰ ਪਾਏਗਾ ਸਾਧੂ ਉਪਯੋਗ ਮਾਇਆ ਦਾ ਉਹ ਕਰ ਸਕਦਾ ਹੈ ਜੇਦੀ ਬੁੱਧੀ ਨਿਰਮਲ ਹੈ ਜਿਸ ਦੀ ਬੁੱਧੀ ਨਿਰਮਲ ਨਹੀਂ ਉਹ ਮਾਇਆ ਦਾ ਕਦੇ ਸਾਧੂ ਪਯੋਗ ਨਹੀਂ ਕਰੇਗਾ ਆਪ ਜੀ ਵੇਖ ਲੈਣਾ ਉਹ ਮਾਇਆ ਉਡਾਏਗਾ ਜਾਂ ਤੇ ਵੇਸ਼ਵਾ ਗਮਨ ਤੇ ਜਾਂ ਨਾਚ ਗਾਉਣ ਤੇ ਜਾਂ ਸ਼ਰਾਬਾਂ ਪੀਣ ਤੇ ਨਸ਼ੇ ਦੇ ਉੱਤੇ ਉਡਾ ਦੇਗਾ ਮਾਇਆ ਕਿਉਂ ਉਹਦੇ ਕੋਲ ਬੁੱਧੀ ਠੀਕ ਨਹੀਂ ਹੈ ਜਿਸ ਮਨੁੱਖ ਦੇ ਕੋਲ ਬੁੱਧੀ ਨਿਰਮਲ ਨਹੀਂ ਉਹ ਕਦੇ ਵੀ ਮਾਇਆ ਦਾ ਸਾਧੂ ਪਯੋਗ ਨਹੀਂ ਕਰ ਪਾਏਗਾ ਅੱਜ ਦੇ ਸਮੇਂ ਵਿੱਚ ਜਦੋਂ ਕਾਲੀ ਯੁਗ ਹੁੰਦਾ ਹੈ ਨਾ ਕਾਲੀ ਯੁਗ ਕਿਉਂਕਿ ਕਾਲੀ ਯੁਗ ਭਾਵੇਂ ਇੱਥੇ ਸਤਜੁਗ ਵੀ ਸੀ ਇਸੇ ਤਰਤੀ ਤੇ ਸੂਰਜ ਉਦੋਂ ਵੀ ਏਹੀ ਸੀ ਚੰ드ਰਮਾ ਏਹੀ ਸੀ ਆਕਾਸ਼ ਏਹੀ ਸੀ ਪਰ ਸਿਰਫ ਬਦਲਾ ਕੀ ਸੀ ਲੋਕਾਂ ਦੀ ਸੋਚ ਵਿੱਚ ਇਸੇ ਕਰਕੇ ਮਹਾਰਾਜ ਨੇ ਕਿਹਾ ਜਦੋਂ ਮਨੁੱਖ ਦਾ ਸਾਰਥੀ ਸਤ ਬਣ ਜਾਂਦਾ ਹੈ ਜਦੋਂ ਮਨੁੱਖ ਦਾ ਸਾਰਥੀ ਤਪ ਬਣ ਜਾਂਦਾ ਹੈ ਜਦੋਂ ਮਨੁੱਖ ਦਾ ਸਾਰਥੀ ਇਹ ਬਾਣੀ ਕਹਿੰਦੀ ਕਲਜੂਗ ਰਥ ਅਗਨ ਕਾ ਕੂੜ ਅੱਗੇ ਰਥਵਾਓ ਜਦੋਂ ਮਨੁੱਖ ਦੇ ਮਨ ਨੂੰ ਝੂਠ ਚਲਾਉਣ ਲੱਗ ਜਾਂਦਾ ਹੈ ਉਦੋਂ ਇਹ ਸਮਝਣ ਦੀ ਲੋੜ ਹੈ ਜਦੋਂ ਝੂਠ ਮਨ ਨੂੰ ਚਲਾਏਗਾ ਫਿਰ ਉੱਥੇ ਕੀ ਪੈਦਾ ਹੋਏਗਾ ਤ੍ਰਿਸ਼ਨਾ ਜਦੋਂ ਝੂਠ ਚਲਾਏਗਾ ਜਦੋਂ ਮਨ ਨੂੰ ਸਤ ਚਲਾਏਗਾ ਉੱਥੇ ਸੰਤੋਖ ਹੋਏਗਾ ਇਹ ਸਚਾਈ ਹੈ ਜਦੋਂ ਸਤਿ ਪ੍ਰધાન ਹੋਏਗਾ ਤੇ ਚਾਰੇ ਬੰਨੇ ਸੰਤੋਖ ਹੋਏਗਾ ਜਦੋਂ ਝੂਠ ਪ੍ਰધાન ਹੋਏਗਾ ਸਾਰੇ ਬੰਨੇ ਤ੍ਰਿਸ਼ਨਾ ਹੋਏਗੀ ਅੱਜ ਵੇਖ ਲਓ ਹਰੇਕ ਮਨੁੱਖ ਇਹ ਸਮਝਦਾ ਮੈਨੂੰ ਮਿਲ ਜਾਏ ਮਿਲੇ ਕਿਵੇਂ ਵੀ ਅਰਥ ਅਨਰਥ ਕੁਝ ਨਹੀਂ ਵਿਚਾਰ ਰਿਹਾ ਮਨੁੱਖ ਨੈਤਿਕ ਅਨੈਤਿਕ ਕੁਝ ਨਹੀਂ ਹੈ ਇਹ ਹੱਥਾਂ ਦੀ ਨਹੀਂ ਮਾਨਸਿਕ ਤੌਰ ਤੇ ਲੜਾਈ ਚੱਲ ਰਹੀ ਹੈ ਹਰੇਕ ਮਨੁੱਖ ਇੱਕ ਦੂਜੇ ਨੂੰ ਖਾ ਜਾਣਾ ਚਾਹੁੰਦਾ ਹੈ ਇੱਕ ਦੂਜੇ ਦਾ ਅਨਰਥ ਧਰਮ ਇੱਕ ਦੂਜੇ ਦਾ ਪੈਸਾ ਇੱਕ ਦੂਜੇ ਦਾ ਸਭ ਕੁਝ ਖਾ ਜਾਣਾ ਚਾਹੁੰਦਾ ਹੁਣ ਮਨੁੱਖ ਦੇ ਅੰਦਰ ਵਿਰਾਗ ਨਹੀਂ ਹੈ ਕਿਉਂ ਨਹੀਂ ਹੈ ਇਹਨੂੰ ਸਚਾਈ ਨਹੀਂ ਪਤਾ ਹੁਣ ਗੁਰੂ ਮਹਾਰਾਜ ਜੀ ਦੋ ਤਰੀਕੇ ਨਾਲ ਪਹਿਲੀ ਗੱਲ ਤੇ ਇਹਦਾ ਸੱਚ ਪਤਾ ਹੋਏ ਦੂਜੀ ਗੱਲ ਜਾਂ ਇਹਨੂੰ ਅਗਲਾ ਡਰ ਹੋਏ ਕੋਈ ਪ੍ਰਲੋਕ ਦਾ ਡਰ ਹੋਏ ਅੱਗੇ ਮਾਰ ਪੈਣੀ ਹੈ ਉਹ ਪਤਾ ਹੋਏ ਜੇ ਮਨੁੱਖ ਨੂੰ ਕਿਤੇ ਇਹ ਵੀ ਡਰ ਹੋਏ ਨਾ ਪਾਬ ਆਪਣੀ ਮੌਤ ਦਾ ਪਤਾ ਹੋਇਤਾ ਵੀ ਔਰ ਸਚਾਈ ਵੱਲ ਨੂੰ ਚੱਲ ਪਏਗਾ ਚੱਲਣਾ ਹੈ ਸਚਾਈ ਆਪਣੇ ਮਿਲੇ ਸਿਰਫ ਝੂਠ ਨੂੰ ਵਿਖਣਾ ਸੱਚ ਤੇ ਰਹਿ ਜਾਣਾ ਜਦੋਂ ਝੂਠ ਵਿਗ ਗਿਆ ਬਾਕੀ ਬਚੇਗਾ ਸੱਚ ਜਦੋਂ ਝੂਠ ਵਿਗ ਗਿਆ ਫਿਰ ਸੱਚ ਖੋਜਣ ਦੀ ਲੋੜ ਨਹੀਂ ਸੱਚ ਵਿਖ ਜਾਏਗਾ ਸਿਰਫ ਝੂਠ ਵਿਖਣ ਦੀ ਲੋੜ ਹੈ ਬਾਕੀ ਬਚਿਆ ਹੋਇਆ ਸੱਚ ਹੀ ਰਹੇਗਾ ਹੁਣ ਇਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜਾਂਦੇ ਨੇ ਦੁਨੀ ਚੰਦੇ ਕੋਲ ਉਹਨੂੰ ਕਹਿੰਦੇ ਨੇ ਠੀਕ ਐ ਤੂੰ ਆਇਆ ਤੇ ਕਮਾਈਏ ਕਿਉਂਕਿ ਹੁਣ ਜਦੋਂ ਸਾਥ ਸੰਗਤ ਮਨੁੱਖ ਗੱਲਾਂ ਬਾਤਾਂ ਨਾਲ ਨਾ ਨ ਸੁਧਰੇ ਉਹਨੂੰ ਫਿਰ ਸਿਆਣੇ ਜਿਹੜੇ ਬਜ਼ੁਰਗ ਹੁੰਦੇ ਸਨ ਪਹਿਲਾਂ ਕੋਈ ਜੁਗਤ ਬਣਾਉਂਦੇ ਸਨ ਉਹਨੂੰ ਪਤਾ ਐ ਗੱਲਾਂ ਬਾਤਾਂ ਨਾਲ ਨਹੀਂ ਐ ਠੀਕ ਹੋ ਗਿਆ ਉਹਨੂੰ ਜੁਗਤ ਬਣਾਉਣੀ ਪਵੇਗੀ ਜਦੋਂ ਕੋਈ ਜੁਗਤ ਬਣੇਗੀ ਉਹ ਜੁਗਤ ਜ਼ਿੰਦਗੀ ਬਦਲ ਦੇਗੀ ਕਈ ਵਾਰੀ ਮਨੁੱਖ ਗੱਲਾਂ ਬਾਤਾਂ ਤੋਂ ਅਗੇ ਨਿਕਲ ਜਾਂਦਾ ਐ ਫਿਰ ਜਿਹੜਾ ਮਨੁੱਖ ਗੱਲਾਂ ਬਾਤਾਂ ਤੋਂ ਅੱਗੇ ਨਿਕਲ ਜਾਏ ਦੋ ਤਰੀਕਿਆਂ ਨਾਲ ਸਮਝਾਇਆ ਜਾ ਸਕਦਾ ਹੈ ਗੁਰਬਾਣੀ ਵੀ ਇਹ ਦੋਵੇਂ ਤਰੀਕਿਆਂ ਦੀ ਗੱਲ ਕਰਦੀ ਹੈ ਕਿਉਂਕਿ ਗੱਲਾਂ ਬਾਤਾਂ ਤੋਂ ਅੱਗੇ ਨਿਕਲਿਆ ਮਨੁੱਖ ਮੂਰਖ ਹੋ ਜਾਂਦਾ ਹੈ ਤੇ ਮੂਰਖ ਨੂੰ ਗੰਡ ਪੈਂਦੀ ਹੈ ਮੂਰਖ ਗੰਡ ਪਵੈ ਮੋਹੇ ਮਾਰ ਜਦੋਂ ਉਹਦੇ ਮੂੰਹ ਤੇ ਦੋ ਵਜਦੀਆਂ ਨੇ ਤਾਂ ਉਹਨੂੰ ਗੰਡ ਪੈਂਦੀ ਹੈ ਤਾਂ ਉਹਨੂੰ ਸ਼ਾਂਤੀ ਪੈਂਦੀ ਹੈ ਦੂਜੀ ਗੱਲ ਹੈ ਉਹਨੂੰ ਜੁਗਤ ਵੜਾਈ ਜਾਏ ਜਦੋਂ ਜੁਗਤ ਮਿਲ ਜਾਂਦੀ ਹੈ ਸੁਣਿਆ ਜੋਗ ਜੁਗਤ ਤਨ ਭੇਦ ਜੁਗਤ ਦੇ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦونی ਚੰਦ ਤੂੰ ਇੰਨੀ ਮਾਇਆ ਇਕੱਠੀ ਕੀਤੀ ਐ ਚੰਗੀ ਗੱਲ ਐ ਪਰ ਐਸੇ ਕਰ ਮੈਨੂੰ ਆ ਮੇਰੇ ਕੋਲ ਇੱਕ ਸੂਈ ਐ ਇਹਨੂੰ ਸੂਈ ਨੂੰ ਰੱਖ ਲੈ ਜਦੋਂ ਤੂੰ ਮਰੇਗਾ ਇਹ ਸੂਈ ਮੈਨੂੰ ਜਾ ਕੇ ਅੱਗੇ ਪਰਲੋਕ ਚ ਦੇ ਦੇਈ ਜੁਗਤ ਬਣਾ ਲਈ ਮਹਾਰਾਜ ਨੇ ਹੁਣ ਇਹ ਜੁਗਤ ਦੇ ਨਾਲ ਉਹਦੀ ਮੁਕਤ ਐ ਸੂਈ ਉਹਨੂੰ ਦੇ ਦਿੱਤੀ ਆਪਣੇ ਘਰ ਗਿਆ ਘਰ ਵਾਲੇ ਨੂੰ ਕਹਿੰਦਾ ਇਹ ਸੂਈ ਸਾਹਮ ਕੇ ਰੱਖ ਦੇ ਜਦੋਂ ਮੈਂ ਮਰਾਂਗਾ ਨਾ ਇਹ ਸੂਈ ਮੈਨੂੰ ਦੇ ਦੇਵੀਂ ਉਹਦੀ ਘਰ ਦੀ ਸੋਚਦੀ ਹੈ ਕਿਉਂਕਿ ਪੁਰਸ਼ ਜਿਹੜਾ ਹੈ ਉਹ ਮਾਇਆ ਵਿੱਚ ਲਿਪਤਾ ਹੈ ਘਰ ਦੀ ਫਿਰ ਵੀ ਥੋੜੀ ਜੀ ਸਮਝਦਾਰ ਹੈ ਉਹ ਕਹਿੰਦੀ ਹੈ ਸਵਾਮੀ ਤੁਸੀਂ ਮਰੋਗੇ ਤੇ ਇਹ ਸੂਈ ਜਦੋਂ ਮਨੁੱਖ ਮਰਦਾ ਹੈ ਉਦੋਂ ਤਾਂ ਇੱਕ ਚੀਜ਼ ਵੀ ਨਾਲ ਨਹੀਂ ਜਾਂਦੀ ਜਦੋਂ ਮਨੁੱਖ ਮਰਦਾ ਸਭ ਕੁਝ ਇੱਥੇ ਰਹਿ ਜਾਂਦਾ ਕੱਪੜੇ ਇੱਥੇ ਰਹਿ ਜਾਂਦੇ ਨੇ ਈਵਨ ਕਿ ਸਰੀਰ ਵੀ ਸੜ ਜਾਣਾ ਇੱਥੇ ਤੇ ਸਰੀਰ ਵੀ ਨਾਲ ਨਹੀਂ ਜਾਣਾ ਅਗਨੀ ਨੇ ਸੜ ਦੇਣਾ ਇਹਨੂੰ ਕਹਿੰਦੇ ਅੱਛਾ ਕਹਿੰਦਾ ਫਿਰ ਸੂਈ ਦੇ ਮੈਂ ਗੁਰੂ ਨਾਨਕ ਨੂੰ ਵਾਪਸ ਕਰਕੇ ਆਵਾਂ ਮੈਂ ਤੇ ਦੇ ਹੀ ਨਹੀਂ ਸਕਦਾ ਆਪਣੀ ਇਮਾਨਤ ਫੜੋ ਵਾਪਸ ਆਇਆ ਮਹਾਰਾਜ ਗੁਰ ਕਹਿੰਦੇ ਮਹਾਰਾਜ ਇਹ ਫੜੋ ਸੂਈ ਮੈਂ ਨਹੀਂ ਦੇ ਸਕਦਾ ਤੁਹਾਨੂੰ ਅੱਗੇ ਮਹਾਰਾਜ ਕਹਿੰਦੇ ਨੇ ਦੁਨੀ ਚੰਦ ਇੱਕ ਸੂਈ ਤੇ ਨਾਲ ਨਹੀਂ ਜਾਣੀ ਅਨਰਥ ਕਰ ਕਰਕੇ ਇੰਨਾ ਢੇਰ ਲਾ ਲਿਆ ਧੰਨ ਦਾ ਇਹ ਜਾਣਾ ਨਾਲ ਬਚਰ ਨਹੀਂ ਪੈ ਗਿਆ ਮਹਾਰਾਜ ਇਹ ਮੇਰੀ ਅੱਖਾਂ ਖੋਲ ਦਿੱਤੀਆਂ ਹੁਣ ਅੱਖਾਂ ਤੇ ਪਹਿਲਾਂ ਵੀ ਖੁੱਲੀਆਂ ਹੁੰਦੀਆਂ ਨੇ ਅੱਖਾਂ ਮੰਨਦੀਆਂ ਖੁੱਲ੍ਹਦੀਆਂ ਨੇ ਅਕਲ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਸਮਝਦਾਰੀ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਇਹ ਮੇਰੀ ਮਨੋ ਕਹਿੰਦੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਅੱਖਾਂ ਖੋਲਣ ਦਾ ਮਤਲਬ ਮੇਰੀ ਸਮਝਦੀਆਂ ਸੁਰਤ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਜਿਹੜੀ ਮੇਰੀ ਸੁਰਤ ਸਿਰਫ ਤੇ ਸਿਰ ਦਿਨ ਰਾਤ ਮਾਇਆ ਦਾ ਚਿੰਤਨ ਕਰਦੀ ਸੀ ਹੁਣ ਥੋੜਾ ਜਿਹਾ ਇਹਦਾ ਵੀ ਚਿੰਤਨ ਕਰੇਗੀ ਵੀ ਮੈਂ ਕੀ ਕਰ ਬੈਠਾ ਮਹਾਰਾਜ ਕਿਨੇ ਦੁਨੀ ਚੰ ਜਿਹੜਾ ਲੋੜਵੰਦ ਆਏ ਉਹਨੂੰ ਰੋਟੀ ਖਵਾਇਆ ਕਰ ਤੇਰਾ ਮਾਇਆ ਸਫਲ ਹੋ ਜਾਏ ਜਿਹੜੇ ਮਨੁੱਖ ਜ਼ਿੰਦਗੀ ਵਿੱਚ ਦਾਨ ਨਹੀਂ ਛੱਡਦੇ ਜਪ ਨਹੀਂ ਛੱਡਦੇ ਸਤ ਨਹੀਂ ਛੱਡਦੇ ਤਪ ਨਹੀਂ ਛੱਡਦੇ ਜ਼ਿੰਦਗੀ ਦੇ ਸਭ ਤੋਂ ਵੱਡੇ ਮਨੁੱਖ ਹੁੰਦੇ ਨੇ ਉਹ ਅੱਜ ਦੇ ਸਮੇਂ ਜਿਹੜੇ ਦਾਨ ਨਹੀਂ ਛੱਡਣਗੇ ਜਪ ਤਪ ਨਹੀਂ ਛੱਡਣਗੇ ਸਤ ਨਹੀਂ ਛੱਡਣਗੇ ਉਹ ਮਨੁੱਖ ਸਦਾ ਲਈ ਸ੍ਰੇਸ਼ਟ ਹੋ ਜਾਣਗੇ ਉਹਨਾਂ ਦੀ ਕੁੱਲ ਵੀ ਸਦਾ ਲਈ ਉਹਨਾਂ ਦੀ ਇੱਜ਼ਤ ਕਰੇਗੀ ਸਦਾ ਲਈ ਜਿਹੜੇ ਮਨੁੱਖ ਤਪ ਤੋਂ ਹੀਨੇ ਹੋ ਗਏ ਜਪ ਤੋਂ ਹੀਨੇ ਹੋ ਕੇ ਦਾਨ ਤੋਂ ਹੀਨੇ ਹੋ ਗਏ ਪਰ ਆਪਣੀ ਕੁੱਲ ਨੂੰ ਧਨ ਜੋੜ ਦੇਣਗੇ ਉਹਨਾਂ ਦੀ ਕੁੱਲ ਹੀ ਉਹਨਾਂ ਨੂੰ ਯਾਦ ਨਹੀਂ ਕਰੇਗੀ ਤੀਜੀ ਪੀੜੀ ਫੋਟੋ ਲਾ ਦਿੰਦੀ ਹੈ ਤੀਜੀ ਪੀੜੀ ਤੋਂ ਬਾਅਦ ਘਰ ਵਿੱਚ ਕੋਈ ਫੋਟੋ ਨਹੀਂ ਹੁੰਦੀ ਸਾਥ ਸੰਗਤ ਇੱਕ ਦਾਦੇ ਦੀ ਫੋਟੋ ਹੁੰਦੀ ਹੈ ਘਰ ਵਿੱਚ ਪਰ ਦਾਦੇ ਦੇ ਕਿਸੇ ਘਰ ਕੋਈ ਫੋਟੋ ਨਹੀਂ ਹੈ ਪਰ ਦਾਦੇ ਦੇ ਦਾਦੇ ਦੀ ਛਟੋ ਤੇ ਡੈਡੀ ਦੀ ਫੋਟੋ ਨਹੀਂ ਹੈ ਤੀਜੀ ਪੀੜੀ ਤੀ ਫੋਟਵਾ ਰਹਿੰਦੀ ਉਹਨਾਂ ਅੱਜ ਕੱਲ ਤੇ ਰਜਿਸਟਰੀ ਵੀ ਜਿਹੜੀ ਆ ਤੀਜੀ ਚੌਥੀ ਪੀੜੀ 'ਚ ਬਦਲ ਜਾਂਦੀ ਐ ਨਾਮ ਵੀ ਨਾਮ ਵੀ ਖਤਮ ਪਰ ਜਿਹੜੇ ਆਪਣੀ ਕੁੱਲ ਦੇ ਵਿੱਚ ਸਤ ਦੇ ਜਾਂਦੇ ਨੇ ਆਪਣੇ ਬੱਚਿਆਂ ਨੂੰ ਜੱਪ ਤੇ ਤਪ ਦੇ ਜਾਂਦੇ ਨੇ ਦਾਨ ਕਰਨ ਦਾ ਫਲ ਦੱਸ ਜਾਂਦੇ ਨੇ ਉਹਨਾਂ ਦੀ ਕੁੱਲ ਸਦਾ ਤੇ ਜਿਉਂਦੀ ਰਹਿੰਦੀ ਐ ਤੇ ਉਹ ਵੀ ਕੁੱਲ ਵਿੱਚ ਜਿਉਂਦੇ ਰਹਿੰਦੇ ਨੇ ਕੁੱਲ ਉਹਨਾਂ ਦਾ ਸਤਕਾਰ ਕਰਦੀ ਐ ਹੁਣ ਵਿਰਾਗ ਕੱਟਣ ਦਾ ਪਹਿਲਾ ਜਿਹੜਾ ਲਕਸ਼ ਹੈ ਮਨੁੱਖ ਨੂੰ ਪ੍ਰਲੋਕ ਦਾ ਪਤਾ ਲੱਗੇ ਵੀ ਮੇਰੇ ਨਾਲ ਕੀ ਨਿਭਣਾ ਕੀ ਨਹੀਂ ਸੱਚ ਤੇ ਝੂਠ ਦਾ ਪਤਾ ਲੱਗੇ ਦੁਨੀ ਚੰਦ ਨੂੰ ਪਹਿਲਾ ਸੱਚ ਪਤਾ ਲੱਗ ਗਿਆ ਇਹ ਨਾਲ ਨਹੀਂ ਜਾਣੀ ਨਾਲੋਂ ਨਾਲ ਮਹਾਰਾਜ ਜੀ ਦੇ ਅੱਗੇ ਮੱਥਾ ਟੇਕ ਦਿੰਦਾ ਇਹਦੇ ਸੱਚੇ ਪਾਤਸ਼ਾਹ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਤੇ ਆਪਣੀ ਜ਼ਿੰਦਗੀ ਵਿੱਚ ਜ਼ਿੰਦਗੀ ਐਵੇਂ ਗਵਾ ਚੱਲਿਆ ਸੀ ਅੱਜ ਪਤਾ ਲੱਗਿਆ ਮਨਾ ਜੋ ਕੁਝ ਇਕੱਠਾ ਕੀਤਾ ਇਹ ਤੇ ਇੱਥੇ ਹੀ ਰਹਿ ਜਾਣਾ ਫਿਰ ਕੁਝ ਐਸਾ ਕਰੀਏ ਜਿਹੜਾ ਜੀਵ ਆਤਮਾ ਦੇ ਨਾਲ ਨਹੀਂ ਵੇ ਵਾਣੀ ਕਿੰਦੀ ਆਗਾ ਜਮਦਲ ਵਿਖਮ ਕਣਾ ਰਾਮਨਾਮ ਉਚਰ ਮਨਾ ਅੱਗੇ ਜਿਹੜਾ ਜਮਦਲ ਬੜਾ ਵਿਖਮ ਹੈ ਰਾਮਨਾਮ ਉਚਰ ਹੁਣ ਇਹ ਕੀ ਹੈ ਇਹ ਪੰਕਤੀ ਮਨੁੱਖ ਦੇ ਰਾਗ ਨੂੰ ਕੱਟਦੀ ਹੈ ਮੋਹ ਨੂੰ ਕੱਟਦੀ ਹੈ ਮੋਹ ਦੀ ਕੱਟਣ ਵਾਲੀ ਪੰਕਤੀ ਹੈ ਇਹ ਹੁਣ ਇੱਕ ਪੰਕਤੀ ਹੋਰ ਪਹਿਲਾਂ ਤੇ ਇਹ ਪਤਾ ਲੱਗੇ ਕੁਛ ਨਾਲ ਨਹੀਂ ਨਹੀਂ ਬਣਾ ਦੂਜੀ ਗੱਲ ਮੋਹ ਨੂੰ ਕੱਟਣ ਲਈ ਹੁਣ ਜਦੋਂ ਇਹ ਗੱਲ ਦਾ ਮਨੁੱਖ ਬਾਰ-ਬਾਰ ਨਿਧਿਆਸਨ ਕਰੇਗਾ ਫਿਰ ਇਹਦੀ ਸੁਰਤ ਇਕਾਗਰ ਹੋ ਜਾਏਗੀ ਫਿਰ ਗਿਆਨ ਪੈਦਾ ਹੋਏਗਾ ਇਸ ਦੇ ਅੰਦਰ ਦੂਜੀ ਗੱਲ ਇੱਕ ਹੋਰ ਮਨੁੱਖ ਜੋ ਕੁਝ ਵੀ ਕਰ ਰਿਹਾ ਹੈ ਇਹ ਆਪਣੇ ਧੀਆਂ ਵਾਸਤੇ ਪੁੱਤਰਾਂ ਵਾਸਤੇ ਉਹਨਾਂ ਵਾਸਤੇ ਕਰ ਰਿਹਾ ਹੈ ਜੋ ਕੁਝ ਵੀ ਕਰ ਰਿਹਾ ਧੀ ਪੁੱਤਰ ਘਰ ਵਾਲੀ ਜਾਂ ਬਰਾਦਰੀਆਂ ਬਰਾਦਰੀ ਵਿੱਚ ਆਪਣਾ ਸਨਮਾਨ ਪ੍ਰਾਪਤ ਕਰਨ ਲਈ ਬਰਾਦਰੀ ਦੇ ਮਨੁੱਖ ਸਾਰੇ ਦੇ ਸਾਰੇ ਇਹਦੀ ਇੱਜ਼ਤ ਕਰਨ ਤਾਂ ਹੀ ਤੇ ਕਰਦਾ ਹੈ ਮਨੁੱਖ ਸਾਰਾ ਕੁਝ ਹੋਵੇਂ ਕੋਣ ਕਰਦਾ ਜੇ ਦੁਨੀਆ ਦੇ ਵਿੱਚ ਮਾਇਆ ਦੀ ਇੱਜ਼ਤ ਨਾ ਹੋਏ ਤੇ ਮਾਇਆ ਕਮਾਏਗਾ ਕੋਣ ਬਸ ਉੰਨੀ ਕੀ ਕਮਾਉਣ ਕੀ ਜਿੰਨੀ ਲੋੜ ਹੈ ਹੱਦ ਤੋਂ ਜ਼ਿਆਦਾ ਮਨੁੱਖ ਮਾਇਆ ਤਾਂ ਕਮਾਉਂਦਾ ਹੈ ਉਹਦਾ ਕਾਰਨ ਹੈ ਕਾਰਨ ਹੈ ਉਹਦਾ ਸਨਮਾਨ ਰਹਿੰਦਾ ਹੈ ਬਰਾਦਰੀ ਵਿੱਚ ਅੱਜ ਕੱਲ ਤੇ ਐਸਾ ਕੰਮ ਬਣ ਗਿਆ ਹੈ ਜਿਹਦੇ ਕੋਲ ਚਾਰ ਧਾਣੇ ਨੇ ਕਿਤੇ ਪੰਚਾਇਤ ਹੋ ਜਾਏ ਉਹਨੂੰ ਪੰਚਵਾ ਦਿੱਤਾ ਜਾਂਦਾ ਹੈ ਦਾਣਿਆਂ ਵਾਲੇ ਨੂੰ ਵੀ ਸਮਾਂ ਹੁੰਦਾ ਜੇ ਸਤਵਾਦੀ ਲੋਕ ਪੰਚਾਇਤ ਚ ਬੈਂਦੇ ਸਨ ਦੂਜਾ ਨਹੀਂ ਸੀ ਬੈਂਦਾ ਹੁੰਦਾ ਅੱਜ ਦੁਨੀਆ ਦੇ ਘਾੜ ਹੋਣ ਦਾ ਕਾਰਨ ਹੀ ਇਹ ਹੈ ਜਿਹਦੀ ਜੇਬ ਦੇ ਵਿੱਚ ਚਾਰ ਦਾਣੇ ਨੇ ਉਹਨੂੰ ਦੁਨੀਆ ਦਾ ਸਭ ਤੋਂ ਵੱਡਾ ਪੰਚਾਇਤੀ ਸਮਝ ਲਿਆ ਜਾਂਦਾ ਆਮ ਦੁਨੀਆ ਚ ਕਹਾਵਤ ਹੈ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਉਹਦਾ ਤੇ ਕਮਲਾ ਵੀ ਸਿਆਣਾ ਹੈ ਦੁਨੀਆ ਦੇ ਅੱਗੇ ਜਿਹਦੀ ਜੇਬ ਚ ਚਾਰ ਮਾਇਆ ਹੈ ਉਹ ਕਮਲਾ ਵੀ ਸਿਆਣਾ ਬਣ ਜਾਂਦਾ ਹੈ ਔਰ ਜਿਹਦੇ ਕੋਲ ਮਾਇਆ ਨਹੀਂ ਦੁਨੀਆ ਦੀ ਨਜ਼ਰ ਜੋ ਸਿਆਣਾ ਵੀ ਕਮਲਾ ਹੈ ਦੁਨੀਆ ਦੀ ਨਜ਼ਰ ਚ ਹੁਣ ਮਨੁੱਖ ਜੋ ਕੁਝ ਵੀ ਕਰਦਾ ਹੈ ਪਹਿਲੀ ਗੱਲ ਤੇ ਇਹ ਦੇ ਨਾਲ ਨਹੀਂ ਨਿਭਣਾ ਇਹ ਪਤਾ ਲੱਗੇ ਫਿਰ ਮਨੁੱਖ ਰੱਬ ਦੇ ਨਾਲ ਜੁੜੇ ਨਾਮ ਸੰਗ ਤਿੰਨ ਲੇਵ ਲੱਗੀ ਰਾਮ ਦੇ ਨਾਲ ਲੇਵੀ ਉਹਦੀ ਲੱਗਦੀ ਹੈ ਜਿਹਨੂੰ ਪਹਿਲੀ ਤੇ ਇਹ ਪਤਾ ਹੋਵੇ ਦੂਜੀ ਗੱਲ ਦੂਜੀ ਗੱਲ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਕਰਦਾ ਹੈ ਧੀਆਂ ਪੁੱਤਰਾਂ ਤੇ ਪਰਿਵਾਰ ਲਈ ਕਿਉਂ ਇਹ ਮੇਰਾ ਸਾਸ ਦੇ ਦਿੰਦੇ ਨੇ ਹੁਣ ਬਾਣੀ ਕਹਿੰਦੀ ਹੈ ਅਸਲ ਵਿੱਚ ਤੂੰ ਸੋਚ ਤੇ ਇਹ ਰਹਿ ਹੈ ਪ੍ਰਸਾਦ ਤੇਰਾ ਇਹਨਾਂ ਨੇ ਵੀ ਦੇਣਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾਂ ਪੈ ਆਣ ਲੁਟਾਵੇ ਠੀਕ ਹੈ ਪੁੱਤਰ ਧੀਆਂ ਪਾਲਣੇ ਸਤ ਦੇ ਧਨ ਨਾਲ ਧਰਮ ਦੀ ਕਮਾਈ ਕਰਕੇ ਪਾਲਣੇ ਇਹ ਤੇ ਠੀਕ ਹੈ ਆ ਧਰਮ ਦੇ ਨਾਲ ਪੈਸਾ ਕਮਾ ਕੇ ਉਹਨਾਂ ਨੂੰ ਪਾਲਣਾ ਇਹ ਸਭ ਤੋਂ ਵੱਡਾ ਪਾਪ ਹੈ ਔਰ ਇਹ ਪਾਪ ਦਾ ਭਾਗੀ ਉਹ ਨਹੀਂ ਜਿਹੜਾ ਖਾ ਰਿਹਾ ਹੈ ਉਹ ਨਹੀਂ ਹੈ ਹੱਕ ਕਿਸੇ ਦਾ ਹੈ ਲੈਣ ਦਾ ਆਪਣੇ ਘਰ ਫਿਰ ਜਿਹੜਾ ਖਾ ਰਿਹਾ ਹੈ ਕਲਜੂ ਦੇ ਵਿੱਚ ਉਹ ਉਹ ਪਾਪੀ ਨਹੀਂ ਹੈ ਜਿਹੜਾ ਖਾ ਰਿਹਾ ਆ ਪਾਪੀ ਉਹ ਹੈ ਜਿਹੜਾ ਕਮਾ ਰਿਹਾ ਹੈ ਜਿਹੜਾ ਅਸੀਂ ਮਾਇਆ ਕਰ ਲੈ ਕੇ ਆਏ ਆ ਉਸ ਨੂੰ ਜ਼ਿੰਦਗੀ ਦੇ ਵਿੱਚ ਮਾੜਾ ਸਮਝਿਆ ਜਾਂਦਾ ਹੈ ਰੱਬ ਦੀ ਦਰਗਾਹ ਦੇ ਵਿੱਚ ਮਾਰ ਉਹਨੂੰ ਪੈਣੀ ਹੈ ਜਿਨੇ ਕਮਾਇਆ ਮਾਣੇ ਕਹਿੰਦੀ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾਂ ਪੈ ਆੜ ਨੂੰ ਲਟਾਵੈ ਮਨ ਮੇਰੇ ਭੁੱਲੇ ਕਪਟਨਾ ਕੀਜੈ ਅੰਤ ਨਵੇੜਾ ਤੇਰੇ ਜੀ ਫੈਲੀ ਜੇ ਨਵੇੜਾ ਤੇਰੇ ਤੋਂ ਲੈਣਾ ਹੈ ਕਿਉਂ ਕਿਉਂਕਿ ਤੂੰ ਕਮਾਰੇ ਹੈ ਉਹਨਾਂ ਨੂੰ ਤੇ ਪਤਾ ਹੀ ਨਹੀਂ ਸੰਸਕਾਰ ਤੇ ਮਾੜੇ ਤੇਰੇ ਅੰਦਰ ਹੀ ਬਣਨਗੇ ਉਹਨਾਂ ਅੰਦਰ ਤੇ ਬਣਨਗੇ ਨਹੀਂ ਉਹਨਾਂ ਤੇ ਖਾਣਾ ਹੈ ਬਸ ਸੰਸਕਾਰ ਮਾੜੇ ਤੇ ਉਹਦੇ ਅੰਦਰ ਹੀ ਬਣੇ ਨਾ ਮਾੜੇ ਸੰਸਕਾਰ ਬਣਨਗੇ ਮਾੜੀਆਂ ਆਦਤਾਂ ਬਣਨਗੀਆਂ ਮਾੜੇ ਸੁਭਾਅ ਬਣਨਗੇ ਫਿਰ ਜਦੋਂ ਮਰੇਗਾ ਉਹ ਸੰਸਕਾਰ ਨਾਲ ਹੀ ਰਹਿਣਗੇ ਉਹ ਫਿਰ ਉਹ ਹੀ ਅਗਲੇ ਜਨਮ ਦੇ ਵਿੱਚ ਪਾ ਦੇਣਗੇ ਉਹੀ ਜਿਹੜਾ ਜੀਵ ਹੈ ਉਹੀ ਜੀਵ ਆਤਮਾ ਹੈ ਅਗਲੇ ਜਨਮ ਵਿੱਚ ਚੱਲ ਪਏਗੀ ਕਿਉਂ ਮਾੜੇ ਸੰਸਕਾਰਾਂ ਦੇ ਕਾਰਨ ਵਾਸ਼ਨਾ ਦੇ ਕਾਰਨ ਭਾਈ ਗੁਰਦਾਸ ਜੀ ਲਿਖਦੇ ਨੇ ਜੁਗ-ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆ ਵੈ ਜਾਏ ਵਾਸ਼ਨਾ ਦੇ ਵਿੱਚ ਵੱਜਾ ਹੋਇਆ ਮਨੁੱਖ ਆਉਂਦਾ ਜਾਂਦਾ ਰਹਿੰਦਾ ਹੁਣ ਇਹਦੇ ਤੋਂ ਆਪਣੇ ਦੇਸ਼ ਦੇ ਵਿੱਚ ਇੱਕ ਉਦਾਹਰਣ ਪ੍ਰਾਪਤ ਹੁੰਦਾ ਹੈ ਮਨੁੱਖ ਆਪਣੇ ਪਰਿਵਾਰ ਨੂੰ ਸਭ ਕੁਝ ਸਮਝਦਾ ਹੈ ਇੱਕ ਦਿਨ ਬਾਲਮੀਕ ਨੇ ਸੰਤਾਂ ਨੂੰ ਫੜ ਲਿਆ ਸੰਤਾਂ ਨੂੰ ਫੜ ਕੇ ਲੈ ਗਿਆ ਕਹਿੰਦਾ ਦਿਓ ਕੁਝ ਹੈ ਤੁਹਾਡੇ ਕੋਲ ਉਹ ਕਹਿੰਦਾ ਭਾਈ ਸਾਡੇ ਕੋਲ ਤੇ ਕੁਝ ਨਹੀਂ ਹੈ ਪਰ ਗੱਲ ਯਾਦ ਕਰ ਤੂੰ ਇਹ ਸਭ ਕੁਝ ਕਰ ਰਿਹਾ ਕਿਹਦੇ ਲਈ ਕਰ ਰਿਹਾ ਕਹਿੰਦੇ ਇਹ ਮੈਂ ਆਪਣੇ ਪਰਿਵਾਰ ਲਈ ਕਰ ਰਿਹਾ ਕਹਿੰਦੇ ਪਰਿਵਾਰ ਲਈ ਤੇ ਕਰ ਰਿਹਾ ਜਿੰਨਾ ਲਈ ਕਰ ਰਿਹਾ ਕਿ ਤੇਰੇ ਇਸ ਪਾਪ ਦੇ ਕਿਉਂਕਿ ਕਿਸੇ ਦਾ ਧਨ ਧੱਕੇ ਨਾਲ ਖੋਣਾ ਇਹ ਤੇ ਅਨਰਥ ਹੈ ਨਾ ਇਹ ਤੇ ਮਨ ਨੂੰ ਸ਼ਾਂਤੀ ਦਿੰਦਾ ਹੈ ਕਿ ਅਨਰਥ ਕਰਕੇ ਤੂੰ ਧਨ ਕਮਾ ਰਿਹਾ ਤੇਰੇ ਇਸ ਧਨ ਕਮਾਉਣ ਦੇ ਭਾਗੀਦਾਰ ਤੇਰੇ ਘਰ ਦੇ ਵੀ ਨੇ ਕਿ ਤੇਰਾ ਸਾਥ ਦੇਣਗੇ ਜਦੋਂ ਕਰਮਾ ਦਾ ਨਵੇੜਾ ਹੋਣਾ ਬਿਲਕੁਲ ਦੇਣਗੇ ਜਦੋਂ ਖਾਂਦੇ ਨੇ ਦੇਣਗੇ ਕਿ ਜਾਂ ਆਪਣੇ ਘਰ ਪੁੱਛ ਕੇ ਆ ਕਰਦਿਆਂ ਘਰ ਚਲਾ ਗਿਆ ਪੱਜਾ ਪੱਜਾ ਗਿਆ ਘਰਦਿਆਂ ਨੂੰ ਸਾਰਿਆਂ ਨੂੰ ਪੁੱਛਦਾ ਹੈ ਕਹਿੰਦੇ ਭਾਈ ਮੈਂ ਤੁਹਾਨੂੰ ਬੰਦੇ ਮਾਰ ਕੇ ਰੋਟੀ ਖਵਾਣਾ ਹਾਂ ਕਿ ਜਦੋਂ ਮੈਨੂੰ ਕਰਮਾ ਦਾ ਨਵੇੜਾ ਦੇਣਾ ਪਏਗਾ ਤੁਸੀਂ ਮੇਰੇ ਸੰਗੀ ਸਾਥੀ ਬਣੋਗੇ ਕਹਿੰਦੇ ਨਹੀਂ ਅਸੀਂ ਕੋਈ ਸੰਗੀ ਸਾਥੀ ਨਹੀਂ ਅਸੀਂ ਤੇ ਉਦੋਂ ਤੇ ਸੰਗੀ ਸਾਥੀ ਆ ਜਦੋਂ ਤੂੰ ਖਾ ਖਵਾ ਰਿਆਂ ਤੇ ਕੁਮਾਰਿਆਂ ਜੇ ਦਿਨ ਤੂੰ ਮਰਨਾ ਉਦੋਂ ਤੇ ਤੇਰੇ ਮੋਢੇ ਤੇ ਹੱਥ ਲਾਉਂਦੇ ਆਂ ਵੀ ਲੋਕਾਂ ਡਰਨਾ ਧਰ ਕੀ ਨਾਰ ਬਹੁਤ ਹਿਤ ਜਾਸੀਓ ਰਹਿਤ ਸਦਾ ਸੰਗ ਲੱਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਂਗੀ ਤੇਰੇ ਤੇ ਕੱਪੜੇ ਕਿਸੇ ਨੇ ਨਹੀਂ ਪਾਉਣੇ ਵੇਖੋ ਉਹੀ ਬੰਦਾ ਹੁੰਦਾ ਜਦੋਂ ਵਿੱਚੋਂ ਸਵਾਸ ਬਾਕੀ ਤੇ ਸਾਰਾ ਕੁਝ ਹੀ ਹੁੰਦਾ ਇੱਕ ਸਾਹ ਨਿਕਲ ਜਾਂਦੇ ਨੇ ਬਸ ਚਾਰ ਤਤ ਮਨੁੱਖ ਵਿੱਚ ਹੁੰਦੇ ਨੇ ਉਦੋਂ ਵੀ ਇੱਕ ਸਾਹ ਨਿਕਲ ਜਾਂਦੇ ਨੇ ਸਾਹ ਨਿਕਲਣ ਦੇ ਨਾਲ ਹੀ ਸਿਆਉ ਹਵਾ ਸੇਦ ਚਿੱਟੇ ਰੰਗ ਦਾ ਹੋ ਜਾਂਦਾ ਜਿਵੇਂ ਚਿੱਟੇ ਰੰਗ ਦਾ ਹੁੰਦਾ ਨਾਲ ਬੈਠੇ ਨੇ ਜਿਹੜੇ ਉਹਦੇ ਕੱਪੜੇ ਵੀ ਨਹੀਂ ਕੋਈ ਪਾਉਂਦਾ ਆ ਜੇ ਕੋਈ ਮਹਿੰਗੀ ਚੀਜ਼ ਐ ਕੋਈ ਗੁੱਠੀ ਸ਼ਾਪ ਐ ਉਹ ਤੇ ਲੱਲਣਗੇ ਕੱਪੜੇ ਨਹੀਂ ਪਾਣਗੇ ਮਹਿੰਗੀ ਚੀਜ਼ ਤੇ ਕੋਈ ਵੀ ਨਹੀਂ ਛੱਡਦਾ ਉਹ ਤੇ ਪਵਿੱਤਰ ਐ ਜੇ ਕੋਈ ਉਹਦੀ ਚਾਦਰ ਲੋਈ ਹੈ ਕਹਿੰਦੇ ਨਾ ਨਾ ਇਹ ਨਹੀਂ ਲਈਦੀ ਇਹ ਦੇ ਦਿਓ ਇਹ ਉਹਨਾਂ ਨੂੰ ਦੇ ਦਿਓ ਜਿਨ੍ਹਾਂ ਵਿਚਾਰਾ ਹੁਣ ਜਿਨ੍ਹਾਂ ਦੂਜਿਆਂ ਨੇ ਲੈਣੀ ਹੈ ਗਰੀਬਾਂ ਨੇ ਉਹਨਾਂ ਨੂੰ ਨਹੀਂ ਕੁਝ ਕਹੇਗਾ ਉਹ ਬਸ ਮਨੁੱਖ ਦਾ ਆਪਣਾ ਸਵਾਰਥ ਹੈ ਸਵਾਰਥ ਦੇ ਵਿੱਚ ਵੱਜਾ ਉਹ ਦੁਬਾਰਾ ਗਿਆ ਸੰਤਾ ਕੋਲ ਵੀ ਉਹ ਤੇ ਕਹਿੰਦੇ ਨੇ ਅਸੀਂ ਕੋਈ ਸਾਥੀ ਨਹੀਂ ਸਾਨੂੰ ਤੇ ਰੋਟੀ ਚਾਹੀਦੀ ਹੈ ਜਿੱਥੋਂ ਮਰਜ਼ੀ ਲਿਆ ਕਹਿੰਦੇ ਭਾਈ ਉਹਦੇ ਇੱਥੇ ਹੀ ਸਾਥ ਛੱਡ ਗਏ ਤੇਰਾ ਅੱਗੇ ਜਦੋਂ ਅਮਲ ਸਿਰਾਂ ਨੂੰ ਲੇਖਾ ਦੇਣਾ ਸੱਚ ਦਾ ਹੋਣਾ ਹੈ ਤੇਰਾ ਤੇ ਉਹ ਇੱਥੇ ਹੀ ਸਾਥ ਛੱਡਦੇ ਨੇ ਅੱਗੇ ਤੇਰਾ ਸਾਥ ਕੌਣ ਦੇਗਾ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਨਾਲੋਂ ਨਾਲ ਵਿਰਾਗ ਪੈਦਾ ਹੋ ਗਿਆ ਵਿਰਾਗ ਪੈਦਾ ਹੋਣ ਦੇ ਕਾਰਨ ਜਾਂ ਤੇ ਮਾਇਆ ਤੋਂ ਧਨ ਦੇ ਉੱਤੋਂ ਵਿਰਾਗ ਪੈਦਾ ਹੋ ਜਾਏ ਵੀ ਨਾਲ ਨਹੀਂ ਨਿਭਣਾ ਫਿਰ ਪਰਿਵਾਰ ਦੇ ਨਾਲ ਮੋਹ ਹੈ ਪਰਿਵਾਰ ਤੋਂ ਮੋਹ ਪੈਦਾ ਹੋ ਜਾਏ ਪਰ ਫਿਰ ਰਹੇਗਾ ਤੇ ਪਰਿਵਾਰ ਦੇ ਨਾਲ ਹੀ ਧਨ ਵੀ ਕਮਾਏਗਾ ਬਸ ਜਿੰਨਾ ਇਹਨੂੰ ਪ੍ਰਾਪਤ ਹੋਏਗਾ ਉਨਾ ਹੀ ਲਿਆ ਕੇ ਦੇਵੇਗਾ ਕਿਸੇ ਨਾਲ ਧੋਖਾ ਧੜੀ ਨਹੀਂ ਕਰੇਗਾ ਮੈਂ ਕਿਉਂ ਕਰਾਂ ਭਾਈ ਖਾਣਾ ਸਾਰਿਆਂ ਨੇ ਆ ਲੱਗਣ ਗਿਆ ਮੇਰੇ ਕੱਲੇ ਦੇ ਇੰਨਾ ਮਨੁੱਖ ਫਿਰ ਸਮਝਦਾਰ ਹੋ ਜਾਂਦਾ ਹੈ ਫਿਰ ਜਦੋਂ ਐਸਾ ਹੋ ਜਾਂਦਾ ਉਹਦੇ ਅੰਦਰ ਵਿਰਾਗ ਪੈਦਾ ਹੋ ਜਾਂਦਾ ਫਿਰ ਜਦੋਂ ਮਨੁੱਖ ਅੰਦਰ ਵਿਰਾਗ ਪੈਦਾ ਹੁੰਦਾ ਹੈ ਨਾ ਫਿਰ ਉਹ ਗੁਰੂ ਦੀ ਪਾਲ ਕਰਦਾ ਜਦੋਂ ਵਿਰਾਗ ਪੈਦਾ ਹੋਏਗਾ ਫਿਰ ਉਹ ਚੰਗੀ ਸਤ ਸੰਗਤ ਦੀ ਪਾਲ ਕਰੇਗਾ ਉਹਦੀ ਇਹ ਨਿਸ਼ਾਨੀ ਹੈ ਜਿਹਦੇ ਅੰਦਰ ਦੁਨੀਆ ਤੋਂ ਵਿਰਾਗ ਪੈਦਾ ਹੋ ਗਿਆ ਫਿਰ ਉਹ ਕਿੱਥੇ ਮਿਲੇਗਾ ਤੁਹਾਨੂੰ ਸਤ ਸੰਗਤ ਵਿੱਚ ਮਿਲੇਗਾ ਜਿਹਦੇ ਅੰਦਰ ਵਿਰਾਗ ਨਹੀਂ ਪੈਦਾ ਹੋਇਆ ਉਹ ਕਿੱਥੇ ਮਿਲੇਗਾ ਜਿੱਥੇ ਨਾਚ ਗਾਣੇ ਡਿਸਕੋ ਡਾਂਸ ਚੱਲ ਰਹੇ ਨੇ ਉੱਥੇ ਮਿਲੇਗਾ ਜਿਹਨੂੰ ਹਜੇ ਦੁਨੀਆ ਪਿਆਰੀ ਲੱਗਦੀ ਹੈ ਚੰਗੀ ਲੱਗਦੀ ਹੈ ਉਹ ਕਿੱਥੇ ਮਿਲੇਗਾ ਉਹਦਾ ਚਿੱਤ ਲੱਗਦਾ ਜਿੱਥੇ ਗਾਣੇ ਚੱਲਦੇ ਹੋਣ ਨਾਟਕ ਚੇਟਕ ਚੱਲਦੇ ਹੋਣ ਉੱਥੇ ਮਿਲੇਗਾ ਜਿਹੜੇ ਮਨੁੱਖ ਨੂੰ ਦੁਨੀਆ ਤੋਂ ਵੈਰਾ ਹੋ ਗਿਆ ਉਹ ਕਿੱਥੇ ਮਿਲੇਗਾ ਤੁਹਾਨੂੰ ਗੁਰਦੁਆਰੇ ਮਿਲੇਗਾ ਮੰਦਰ ਮਸਜਿਦ ਇੱਥੇ ਵੀ ਮਿਲੇਗਾ ਜਿੱਥੇ ਵੀ ਸੱਚ ਦੀ ਗੱਲ ਹੋਏਗੀ ਉੱਥੇ ਮਿਲੇਗਾ ਉਹ ਕਿਉਂਕਿ ਦੁਨੀਆ ਦੀ ਸੱਚਾਈ ਸਮਝ ਆ ਗਈ ਇਸ ਕਰਕੇ ਮਨੁੱਖ ਨੂੰ ਪਹਿਲਾਂ ਸਮਝ ਆਏ ਵੀ ਮੇਰੇ ਅੰਦਰ ਜੋ ਕੁਝ ਵੀ ਮੈਂ ਕਰ ਰਿਹਾ ਹਾਂ ਇਹ ਝੂਠ ਹੈ ਪਹਿਲਾਂ ਝੂਠ ਦੀ ਸਮਝ ਆਏ ਸੱਚ ਆਪਣੇ ਆਪ ਹੀ ਮਿਲ ਜਾਏਗਾ ਝੂਠ ਦੀ ਸਮਝ ਆਉਣ ਦੀ ਲੋੜ ਹੈ ਇਸ ਕਰਕੇ ਅੱਜ ਦਿਨ ਪ੍ਰਤੀ ਦਿਨ ਮਨੁੱਖ ਦੀ ਸਮਝ ਛੋਟੀ ਹੁੰਦੀ ਜਾ ਰਹੀ ਹੈ ਮਨੁੱਖ ਅੱਜ ਬੜੀ ਵਰੀ ਚੀਜ਼ਾਂ ਨੂੰ ਸਮਝਦਾ ਵੀ ਨਹੀਂ ਪਹਿਲੇ ਨਿੰਦਾ ਕਰਨੀ ਸ਼ੁਰੂ ਕਰ ਦਿੰਦਾ ਕਿਸੇ ਚੀਜ਼ ਨੂੰ ਸਮਝਦਾ ਵੀ ਨਹੀਂ ਸੋਚਦਾ ਵੀ ਨਹੀਂ ਇੱਕਦਮ ਕਰੋਧ ਵਿੱਚ ਆ ਜਾਂਦਾ ਹੈ ਕਿਉਂ ਮਨੁੱਖ ਦੇ ਅੰਦਰ ਗੁਣ ਜਿਹੜੇ ਨੇ ਚੰਗੇ ਗੁਣੋਂ ਖਤਮ ਹੋ ਗਏ ਨੇ ਜਿਹਦੇ ਅੰਦਰ ਚੰਗੇ ਗੁਣ ਖਤਮ ਹੋ ਜਾਣੇ ਇੱਕਦਮ ਕਰੋਧ ਵਿੱਚ ਆ ਜਾਏਗਾ ਇੱਕਦਮ ਉਹਦੇ ਅੰਦਰ ਧੀਰਜ ਨਹੀਂ ਹੋਏਗਾ ਜਿਸ ਦੇ ਅੰਦਰ ਸਤ ਸੰਤੋਖ ਦਇਆ ਨਹੀਂ ਉਹਦੀ ਨਿਸ਼ਾਨੀ ਹੈ ਉਹਦੇ ਅੰਦਰ ਧੀਰਜ ਨਹੀਂ ਮਿਲੇਗਾ ਤੁਹਾਨੂੰ ਜਿਸ ਦੇ ਵਿੱਚ ਧੀਰਜ ਹੈ ਉਹਦੇ ਵਿੱਚ ਕ੍ਰੋਧ ਨਹੀਂ ਮਿਲੇਗਾ ਕ੍ਰੋਧ ਉਸ ਦੇ ਵਿੱਚ ਮਿਲਦਾ ਜਿਹਦੇ ਕੋਲ ਧੀਰਜ ਨਹੀਂ ਹੈ ਧੀਰਜ ਉਸ ਦੇ ਕੋਲ ਹੈ ਜਿਹਦੇ ਕੋਲ ਸਮਝ ਹੈ ਗੱਲ ਸਾਰੀ ਸਮਝਦੀ ਹੈ ਸਮਝ ਕਿੱਥੋਂ ਪ੍ਰਾਪਤ ਹੁੰਦਾ ਹੈ ਗੁਰ ਕੈ ਸ਼ਬਦ ਸੋ ਸਮਝ ਪਈ ਗੁਰੂ ਦੇ ਸ਼ਬਦ ਵਾ ਗੁਰਦੁਆਰੇ ਹੋਏ ਸੋਝੀ ਪਾਏ ਸੀ ਗੁਰੂ ਦੇ ਦਵਾਰੇ ਹੋ ਕੇ ਸੋਝੀ ਪ੍ਰਾਪਤ ਹੁੰਦੀ ਹੈ ਜੇ ਗੁਰੂ ਦੇ ਦਵਾਰੇ ਆਉਂਦਾ ਹੈ ਗੁਰੂ ਦੀ ਗੱਲ ਨੂੰ ਸੁਣਦਾ ਹੈ ਇੱਕ ਹੁੰਦਾ ਹੈ ਗੁਰੂ ਦੀ ਗੱਲ ਨੂੰ ਪੜਨਾ ਤੇ ਗਾ ਲੰਗ ਜਾਣਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਉਹ ਵੱਖਰੀ ਗੱਲ ਹੈ ਸਿਰਫ ਪੜਨਾ ਹੈ ਤੇ ਅੱਗੇ ਚੱਲ ਜਾਣਾ ਇੱਕ ਦੂਜੀ ਗੱਲ ਹੈ ਮਨ ਦੇ ਵਿੱਚ ਵਿਰਾਗ ਪੈਦਾ ਹੋਇਆ ਕਹਦਾ ਹੈ ਪ੍ਰਭਾਤਮਾ ਦੁਨੀਆ ਵਿੱਚ ਕੁਝ ਸੱਚ ਨਹੀਂ ਹੈ ਫਰੀਦਾ ਇਹ ਵੇ ਸਗੰਦਲਾਂ ਧਰੀਆਂ ਖੰਡ ਲਵਾੜ ਇਦੇ ਉੱਤੇ ਖੰਡ ਲਾਈ ਹੋਈ ਹੈ ਹੈ ਗੰਦਲਾਂ ਵਿਛਦੀਆਂ ਨੇ ਜ਼ਹਿਰ ਭਰੀਆਂ ਨੇ ਇਹ ਜ਼ਿੰਦਗੀ ਦੇ ਸਤ ਨੂੰ ਨਾਸ ਕਰ ਦਿੰਦੀਆਂ ਨੇ ਅੰਦਰ ਸੰਤੋਖ ਨੂੰ ਨਾਸ ਕਰ ਦਿੰਦੀਆਂ ਨੇ ਅੰਦਰੋਂ ਦਇਆ ਖੋਹ ਲੈਂਦੀ ਹੈ ਮਾਇਆ ਮਨੁੱਖ ਨੂੰ ਖਾਲੀ ਕਰ ਦਿੰਦੀ ਹੈ ਜਨਮ ਤੋਂ ਲੈ ਕੇ ਬੁਢੇਪੇ ਤੱਕ ਹੀ ਬਿਲਕੁਲ ਹੀ ਖਾਲੀ ਕਰ ਦਿੰਦੀ ਹੈ ਬਾਣੀ ਕਹਿੰਦੀ ਹੈ ਜਿਉਂ-ਜਿਉਂ ਬੁੱਢਾ ਹੁੰਦਾ ਜਾਂਦਾ ਹੈ ਗੁਣ ਖਤਮ ਹੀ ਹੁੰਦੇ ਜਾਂਦੇ ਨੇ ਇਹਦੇ ਵਿੱਚ ਰਹਿੰਦਾ ਕੁਝ ਨਹੀਂ ਬੁਢੇਪੇ ਤਾਈਂ ਤੇ ਬਾਣੀ ਕਹਿੰਦੀ ਬਿਰਧ ਭੈ ਹੋ ਸੂਝੈ ਨਹੀਂ ਕਾਲ ਪਹੁੰਚਿਓ ਆ। ਬਜ਼ੁਰਗ ਤੈ ਹੁੰਦਿਆ ਹੁੰਦਿਆ ਮਨੋਕ ਦੁਨੀਆ ਦੇ ਤੌਰ ਤੇ ਕੰਮ ਧੰਦੇ ਕਰਦਿਆ ਕਰਦਿਆ ਤਾਂ ਸਾਰੇ ਹੀ ਗੁਣ ਖਤਮ ਹੋ ਜਾਂਦੇ ਨੇ। ਹਰ ਵਿਸਰਤ ਤੇਰੇ ਗੁਣ ਗਲਿਆ ਸਾਰੇ ਹੀ ਗੁਣ ਖਤਮ। ਸਤ ਵੀ ਖਤਮ ਸੰਤੋਖ ਵੀ ਖਤਮ ਦਇਆ ਵੀ ਖਤਮ। ਫਿਰ ਇਹਦੇ ਅੰਦਰ ਰਹੇਗਾ ਕਿ ਕ੍ਰੋਧ ਰਹੇਗਾ। ਝੂਠ ਰਹੇਗਾ। ਗਲ ਵਿਰਾਗ ਹੁਣ ਜਿੰਨਾਂ ਦੇ ਅੰਦਰ ਵਿਰਾਗ ਪੈਦਾ ਹੋ ਜਾਂਦਾ ਹੈ ਫਿਰ ਉਹ ਮਨੁੱਖ ਰੱਬ ਦੇ ਨਾਲ ਲਿਵ ਜੋਣੀ ਸ਼ੁਰੂ ਕਰ ਦਿੰਦੇ ਨੇ ਪਹਿਲਾਂ ਦੁਨੀਆ ਤੋਂ ਵਿਰਾਗ ਪੈਦਾ ਹੋਏ ਔਰ ਅਗਲੀ ਗੱਲ ਮਹਾਰਾਜ ਕਹਿੰਦੇ ਨੇ ਕਈ ਕੋਟ ਪ੍ਰਭ ਕੋ ਕੋ ਜਨਤੇ ਆਤਮ ਮਹਪਾਰ ਬ੍ਰਹਮ ਲਹੰਦੇ ਫਿਰ ਜਦੋਂ ਮਨੁੱਖ ਖੋਜ ਸ਼ੁਰੂ ਕਰਦਾ ਹੈ ਫਿਰ ਜਦੋਂ ਖੋਜਦਾ ਹੈ ਖੋਜਦੇ ਖੋਦਿਆ ਨੂੰ ਆਪਣੇ ਅੰਦਰ ਹੀ ਪਰਮੇਸ਼ਰ ਸਮਝ ਆ ਜਾਂਦਾ ਬਾਹਰ ਲੱਭਣ ਦੀ ਲੋੜ ਹੀ ਨਹੀਂ ਅੰਦਰ ਹੈ ਨਾ ਉਹ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿਤੇ ਤੈਨੂੰ ਬਾਹਰ ਖੋਜਣ ਦੀ ਲੋੜ ਨਹੀਂ ਹੈ ਤੇਰੇ ਅੰਦਰ ਹੀ ਹੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੇਰੇ ਅੰਦਰ ਹੀ ਹੈ ਅੰਦਰ ਕੀ ਹੈ ਫਿਰ ਜੇ ਅੰਦਰ ਹੈ ਫਿਰ ਉਹ ਸਾਰਾ ਕੁਝ ਵੇਖ ਰਿਹਾ ਹੈ ਅੰਦਰ ਜੋ ਅਰਥ ਚੱਲ ਰਿਹਾ ਹੈ ਅਨਰਥ ਚੱਲ ਰਿਹਾ ਚੰਗੇ ਵਿਚਾਰ ਵੀ ਹੋਵਿੰਦਾ ਹੈ ਮਾੜੇ ਵੀ ਰਹਿੰਦਾ ਹੁਣ ਮਹਾਰਾਜ ਕਹਿੰਦੇ ਪ੍ਰਮਾਤਮਾ ਅੰਦਰ ਹੈ ਉਹ ਜਿਹੜਾ ਅੰਦਰ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਜਪ ਕਰਨਾ ਪੈਂਦਾ ਜਦੋਂ-ਜਦੋਂ ਮਨੁੱਖ ਜਪ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਪਰਮੇਸ਼ਰ ਦਾ ਨਾਮ ਜਪਦਾ ਹੈ ਗੁਰੂ ਦੇ ਦੱਸਿਆ ਗੁਰਮੰਤਰ ਜਪਦਾ ਹੈ ਓਵੇਂ-ਓਵੇਂ ਫਿਰ ਉਸ ਨੂੰ ਆਪਣੇ ਅੰਦਰ ਚਾਨਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਚਾਨਣੇ ਦਾ ਮਤਲਬ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਯਾਦ ਰੱਖਣਾ ਸਾਧ ਸੰਗਤ ਜਿਹੜੇ ਮਨੁੱਖ ਨਾਮ ਜਪਦੇ ਨੇ ਉਹਨਾਂ ਦੀ ਸਮਝ ਇਤਨੀ ਵੱਡੀ ਹੋ ਜਾਂਦੀ ਹੈ ਦੁਨੀਆਂ ਨੂੰ ਸਮਝਣਾ ਹੀ ਬੰਦ ਕਰ ਦਿੰਦੀ ਹੈ ਦੁਨੀਆਂ ਨੂੰ ਪਾਗਲ ਕਰਾਰ ਦੇ ਦਿੰਦੀ ਹੈ ਜਿਹੜੇ ਬੰਦਗੀ ਕਰਦੇ ਨੇ ਬੁੱਧੀ ਇੰਨੀ ਉੱਚੀ ਸੋਚਣ ਲੱਗ ਜਾਂਦੀ ਹੈ ਇੰਨੀ ਨਿਰਮਲ ਹੋ ਜਾਂਦੀ ਹੈ ਦੁਨੀਆਂ ਨੂੰ ਭੋਲਾ ਕਹਿਣਾ ਸ਼ੁਰੂ ਕਰ ਦਿੰਦੀ ਹੈ ਭੋਲਾ ਮਤਲਬ ਪਾਗਲ ਉਹ ਕਿਸੇ ਦੇ ਪ੍ਰਤੀ ਮਾੜੇ ਵਚਨ ਨਹੀਂ ਬੋਲਦੇ ਕੋਈ ਉਹਨਾਂ ਨੂੰ ਮਾਰ ਵੀ ਜਾਏ ਕੋਈ ਉਹਨਾਂ ਦੇ ਉੱਤੇ ਕੁਝ ਕਰ ਵੀ ਦਵੇ ਉਹ ਤਾਂ ਵੀ ਚੁੱਪ ਰਹਿੰਦੇ ਨੇ ਕਿਉਂ ਉਹਨਾਂ ਦੀ ਆਸ ਮਾਲਕ ਬਣ ਜਾਂਦੀ ਉਹ ਆ ਚੁੱਪ ਕਰ ਰਹਿੰਦੇ ਨੇ ਮੈਂ ਕੱਲ ਵੀ ਸੁਣਾਇਆ ਸੀ ਜੇ ਕਿ ਫਕੀਰ ਰਾਹ ਦੇ ਵਿੱਚੋਂ ਲੰਘ ਰਿਹਾ ਸੀ ਇੱਕ ਬੀਬੀ ਨੇ ਉਹਦੇ ਉੱਤੇ ਥੁੱਕ ਦਿੱਤਾ ਉਹ ਉੱਤੇ ਵੇਖਦਾ ਕਿੰਨੇ ਥੁੱਕਿਆ ਚੁੱਪ ਕਰਕੇ ਚੱਲ ਰਿਹਾ ਉਹਨੇ ਉੱਤੇ ਵੇਖਿਆ ਬੀਬੀ ਦੇ ਵਿੱਚ ਹੰਕਾਰ ਸੀ ਕਹਿੰਦੀ ਇਹ ਕੱਪੜੇ ਦੇ ਪਾਟੇ ਨੇ ਇਹਦੀ ਕੀ ਜ਼ਰਤ ਹੈ ਸਾਡੇ ਵੱਲ ਉੱਤੇ ਵੇਖੇ ਤੂੰ ਭੱਜ ਕੇ ਜਾ ਤੇ ਡੰਡਾ ਮਾਰ ਜਾ ਕੇ ਉਤੋਂ ਥੱਲੇ ਭੇਜਿਆ ਆਉਂਦੇ ਵਾਲੇ ਸਿਰ 'ਚ ਡੰਡਾ ਮਾਰਿਆ ਲਹੂ ਕੜ ਦਿੱਤਾ ਉਹ ਫਿਰ ਵੀ ਚੁੱਪ ਹੈ ਇੰਨੇ ਦੇ ਵਿੱਚ ਉਹ ਡੰਡਾ ਮਾਰ ਕੇ ਉੱਤੇ ਪੌੜੀਆਂ ਤੇ ਚੜਨ ਲੱਗਿਆ ਪੈਰ ਫਿਸਲਿਆ ਸਿਰ ਵੱਜਿਆ ਪੌੜੀ ਦੇ ਵਿੱਚ ਉੱਥੇ ਹੀ ਰਹਿ ਗਿਆ ਬੀਬੀ ਭੱਜੀ ਭੱਜੀ ਆਈ ਚਰਨੀ ਪੈ ਗਈ ਸੰਤ ਜੀ ਮਾਫ ਕਰੋ ਇਹਦਾ ਬੇਟਾ ਮੈਂ ਤੇ ਕੁਝ ਕੀਤਾ ਹੀ ਨਹੀਂ ਮੈਨੂੰ ਤੇ ਕਾਦੀ ਮਾਫੀ ਮੰਗ ਰਹੀ ਐ ਮੈਂ ਤੇ ਕੁਝ ਕੀਤਾ ਹੀ ਨਹੀਂ ਮੇਰੇ ਤੋਂ ਕਾਦੀ ਮਾਫੀ ਨਾ ਤੂੰ ਕੋਈ ਗਲਤੀ ਕੀਤੀ ਐ ਮਨੁੱਖ ਗਲਤੀ ਕਰੇ ਤੇ ਮਾਫੀ ਮਿਲਦੀ ਐ ਨਾ ਨੀ ਮੈਂ ਤੁਹਾਡੇ ਡੰਡਾ ਮਰਵਾਇਆ ਬੇਟਾ ਮੈਨੂੰ ਨਹੀਂ ਪਤਾ ਇਹ ਤੇ ਮੈਨੂੰ ਲੱਗਦਾ ਰੱਬ ਦੇ ਹੁਕਮ 'ਚ ਜੋ ਹੋ ਰਿਹਾ ਹੋ ਰਿਹਾ ਹੈ ਮੇਰਾ ਪਤੀ ਮਰ ਗਿਆ ਬੇਟਾ ਇਹ ਲੜਾਈ ਮਾਲਕਾਂ ਦੀ ਹੈ ਤੇ ਮਾਲਕਾਂ ਜੀ ਰਹਿਣ ਤੇਰੇ ਮਾਲਕ ਨੂੰ ਗੁੱਸਾ ਆਇਆ ਮੇਰਾ ਸਿਰ ਭਨ ਗਿਆ ਮੇਰੇ ਮਾਲਕ ਨੂੰ ਗੁੱਸਾ ਆਇਆ ਉਹ ਇਸ ਦੁਨੀਆ ਤੋਂ ਚੁੱਕ ਕੇ ਲੈ ਗਿਆ ਉਸ ਗੱਲ ਇੰਨੀ ਹੈ ਬੇਟਾ ਤੇਰੀ ਤੇ ਮੇਰੀ ਲੜਾਈ ਨਹੀਂ ਹੈ ਇਹ ਮਾਲਕਾਂ ਮਾਲਕਾਂ ਦੀ ਲੜਾਈ ਹੈ ਤੇਰੇ ਮਾਲਕ ਦੀ ਤੇ ਮੇਰੇ ਮਾਲਕ ਦੀ ਇਸ ਕਰਕੇ ਜਿਹੜੇ ਮਨੁੱਖ ਪਰਮਾਤਮਾ ਦੀ ਖੋਜ ਤੇ ਲੱਗ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਚਾਨਣਾ ਹੋ ਜਾਂਦਾ ਹੈ ਚਾਨਣ ਦਾ ਮਤਲਬ ਸਮਝ ਆ ਜਾਂਦੀ ਹੈ ਸੋਝੀ ਆ ਜਾਂਦੀ ਸੋਝ ਜਾਂਦਾ ਹੈ ਭਾਵੇਂ ਕਿ ਪਰਮਾਤਮਾ ਨੂੰ ਪੂਰਨ ਰੂਪ ਵਿੱਚ ਸਮਝਿਆ ਨਹੀਂ ਜਾ ਸਕਦਾ ਪਰ ਸਮਝ ਇੱਕ ਹਥਿਆਰ ਤੇ ਹੈ ਉਹਦੇ ਤੇ ਹੀ ਪਹੁੰਚਣ ਲਈ ਜਦੋਂ ਤਈ ਇਹ ਹੀ ਸਮਝ ਨਹੀਂ ਆਏਗੀ ਦੁਨੀਆ ਝੂਠ ਹੈ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਚਸ਼ਮ ਦੀਦੰਗ ਫਲਾਏ ਜੋ ਕੁਝ ਵਿਖਰੇ ਹੈ ਇਹ ਸਭ ਕੁਝ ਖਤਮ ਹੋਣ ਵਾਲਾ ਹੈ ਇੱਕ ਦਿਨ ਖਤਮ ਹੋ ਜਾਣਾ ਹੈ ਕੁਝ ਅੱਜ ਹੋ ਜਾਏਗਾ ਕੁਝ ਕੱਲ ਹੋ ਜਾਏਗਾ ਵੈਸੇ ਤੇ ਇਹ ਜੋ ਕੁਝ ਤੁਸੀਂ ਪਸਾਰਾ ਵਿਖ ਰਹੇ ਹੋ ਇਹ ਰੋਜ਼ ਰੋਜ਼ ਖਤਮ ਹੋ ਰਿਹਾ ਹੈ ਰੋਜ਼ ਰੋਜ਼ ਸੂਰਜ ਵੀ ਘਟ ਰਿਹਾ ਹੈ ਚੰਦਰਮਾ ਵੀ ਘਟ ਰਿਹਾ ਹੈ ਗੁਰਬਾਣੀ ਕਹਿੰਦੀ ਹੈ ਗਟੰਤ ਦੀਪੰ ਇਹ ਇਹ ਜਿਹੜਾ ਸੂਰਜ ਹੈ ਇਹ ਵੀ ਘਟ ਰਿਹਾ ਹੈ ਇਹ ਚੰਦਰਮਾ ਵੀ ਘਟ ਰਿਹਾ ਹੈ ਇਹ ਧਰਤੀ ਵੀ ਘਟ ਰਹੀ ਹੈ ਪਰ ਮੈਨੂੰ ਕਮਾਲ ਇਹ ਹੈ ਸਾਧ ਸੰਗਤ ਜਿਹੜੇ ਧਰਤੀ ਤੇ ਬੈਠੇ ਨੇ ਉਹ ਕਹਿੰਦੇ ਅਸੀਂ ਵੱਡੇ ਹੋ ਰਹੇ ਆ ਉਹ ਅਸੀਂ ਵਧ ਰਹੇ ਆ ਕਮਾਲ ਹੈ ਜਿਹੜੀ ਕਿਸ਼ਤੀ ਤੇ ਬੈਠੇ ਆ ਜਿਹੜੀ ਕਿਸ਼ਤੀ ਪਾਣੀ ਦੇ ਵਿੱਚ ਚੱਲ ਰਹੀ ਹੈ ਰੋਜ਼ ਰੋਜ਼ ਉਹਦੇ ਵਿੱਚ ਪਾਣੀ ਭਰਿਆ ਜਾ ਰਿਹਾ ਹੈ ਉਹਦੇ ਵਿੱਚ ਬੈਠਾ ਆਦਮੀ ਸੋਚੇ ਮੈਂ ਪਾਰ ਹੋ ਰਿਹਾ ਨਹੀਂ ਰੋਜ਼ ਰੋਜ਼ ਡੁੱਬ ਰਹੀ ਹੈ ਤੇ ਇਹ ਤੈਨੂੰ ਅੱਧ ਦੇ ਵਿੱਚ ਹੀ ਡੁੱਬ ਦੇਵੇਗੀ ਇਸ ਕਰਕੇ ਜਿਹੜੀ ਧਰਤੀ ਤੇ ਆਪਾਂ ਬੈਠੇ ਆ ਜਿਹੜੀ ਧਰਤੀ ਤੇ ਮਨੁੱਖ ਵਿਛਰਿਆ ਇਹ ਧਰਤੀ ਵੀ ਖਤਮ ਹੋ ਰਹੀ ਹੈ। ਤਾਂ ਹੀ ਦੇ ਬਾਣੀ ਤੇ ਮਹਾਰਾਜ ਕੇ ਆਖਿਆ ਮੋਕਾਮ ਤੇ ਸਨੋ ਆਖੀਐ ਜਿਸ ਸਸ ਨਾ ਹੋਵੀ ਲੇਖ ਮਾੜੀ ਕਹਿੰਦੀ ਹੈ ਰਾਤ ਨੂੰ ਚੰਦਰਮਾ ਚੱਲਦਾ ਦਿਨ ਰਵ ਚਲਾ ਨਿਸ ਸਸ ਚੱਲੇ ਤਾਰਕਾ ਲਖ ਭਲੋਏ ਮੋਕਾਮ ਉਹੀ ਏਕ ਹੈ ਨਾਨਕਾ ਸੱਚ ਭਗੋਏ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਦੁਨੀਆ ਮੁਕਾਮ ਨਹੀਂ ਹੈ ਇਹ ਦੁਨੀਆ ਪੱਕਾ ਟਿਕਾਣਾ ਨਹੀਂ ਹੈ ਮੁਕਾਮ ਇੱਕ ਪਰਮਾਤਮਾ ਹੈ ਸ਼ਰੀਰ ਦੀ ਮੁਕਾਮ ਮਿੱਟੀ ਹੈ ਮਿੱਟੀ ਤੋਂ ਬਣਿਆ ਜਿਹੜੀ ਅੰਦਰ ਜੋਤ ਹੈ ਇਹਦੀ ਮੁਕਾਮ ਪਰਮਾਤਮਾ ਹੈ ਪਰਮਾਤਮਾ ਦੇ ਨਾਲ ਮਿਲ ਜਾਣਾ ਕਿਉਂ ਇਹ ਬਣੀ ਉੱਥੋਂ ਹੈ ਜਿਹੜੀ ਚੀਜ਼ ਇੱਥੋਂ ਬਣਦੀ ਹੈ ਉੱਥੇ ਹੀ ਸਮਾ ਜਾਂਦੀ ਹੈ ਲੋਹਾ ਮਿੱਟੀ ਤੋਂ ਬਣਦਾ ਹੈ ਲੋਹਾ ਜਦੋਂ ਬਾਹਰ ਨਿਕਲਦਾ ਹੈ ਪਿੰਟ ਫੁੰਟ ਕਰਕੇ ਉਹਨੂੰ ਸੰਭਾਲਿਆ ਜਾਂਦਾ ਹੈ ਪਰ 50 100 ਸਾਲਾਂ ਚ ਉਹਨੂੰ ਜੜ ਫੜ ਜਾਂਦਾ ਹੈ ਜੜ ਹੌਲੀ ਹੌਲੀ ਮਿੱਟੀ ਬਣ ਜਾਂਦਾ ਹੈ ਲੋਹੇ ਦੀ ਮਨਿਆਦ ਮਿੱਟੀ ਤੋਂ ਹੈ ਜਿਹੜੀ ਚੀਜ਼ਿੱਥੋਂ ਬਣੀ ਹੈ ਉੱਥੇ ਚਲੀ ਜਾਏਗੀ ਇਸ ਕਰਕੇ ਬਾਣੀ ਕਹਿੰਦੀ ਜਦੋਂ ਮਨੁੱਖ ਖੋਜ ਕਰਦਾ ਹੈ ਉਹਨੂੰ ਸਮਝ ਪੈਂਦੀ ਹੈ ਫਿਰ ਆਪਣੇ ਅੰਦਰ ਆਤਮੇ ਦੇ ਵਿੱਚ ਉਹ ਫਿਰ ਨਾਮ ਜਪਣਾ ਸ਼ੁਰੂ ਕਰਦਾ ਹੈ ਬੰਦਗੀ ਕਰਨਾ ਸ਼ੁਰੂ ਕਰਦਾ ਹੈ ਫਿਰ ਬੰਦਗੀ ਕਰਦਿਆਂ ਕਰਦਿਆਂ ਆਪਣੇ ਅੰਦਰ ਉਹਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਉਹਨੂੰ ਪਰਮਾਤਮਾ ਦੀ ਸਮਝ ਲੱਗ ਜਾਂਦੀ ਹੈ ਕਈ ਕੋੜ ਦਰਸ਼ਨ ਪ੍ਰ ਪਿਆਸ ਤਿੰਨ ਕੋ ਮਿਲਿਓ ਪ੍ਰਭ ਬਿਨਾਸ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਅੰਦਰ ਦਰਸ਼ਨਾ ਦੀ ਪਿਆਸ ਹੋਏ ਜਦੋਂ ਤਈ ਪਾਣੀ ਦੀ ਪਿਆਸ ਹੀ ਨਹੀਂ ਹੈ ਤੇ ਪਾਣੀ ਦੀ ਖੋਜ ਹੀ ਨਹੀਂ ਸ਼ੁਰੂ ਹੋਏਗੀ ਜੇਸ ਮਨੁੱਖ ਨੂੰ ਜਿਹੜੀ ਚੀਜ਼ ਦੀ ਪਿਆਸ ਹੈ ਉਸੇ ਚੀਜ਼ ਦੀ ਉਹ ਖੋਜ ਕਰਦਾ ਹੈ ਜੇ ਮਨੁੱਖ ਨੂੰ ਪਾਣੀ ਦੀ ਪਿਆਸ ਹੈ ਤੇ ਪਾਣੀ ਦੀ ਖੋਜ ਕਰੇਗਾ ਜਿਹਨੇ ਪਾਣੀ ਨਹੀਂ ਪੀਣਾ ਰੋਟੀ ਦੀ ਲੋੜ ਹੈ ਤੇ ਰੋਟੀ ਦੀ ਖੋਜ ਕਰੇਗਾ ਹੁਣ ਸਾਰਾ ਦਿਨ ਮਨੁੱਖ ਫਿਰਦਾ ਹੈ ਇਹਨੂੰ ਐਵੇਂ ਲੱਗਦਾ ਮੇਰੀ ਪਿਆਸ ਮਾਇਆ ਹੈ ਤੇ ਸਾਰਾ ਦਿਨ ਮਾਇਆ ਪਿੱਛੇ ਫਿਰਦਾ ਹੈ ਮਨੁੱਖ ਨੂੰ ਐਵੇਂ ਲੱਗਦਾ ਮੇਰੇ ਦੁਖੀ ਹੋਣ ਦਾ ਕਾਰਨ ਮਾਇਆ ਹੈ ਇਸ ਕਰਕੇ ਉਹ ਨੂੰ ਮਾਇਆ ਦੀ ਪਿਆਸ ਹੈ ਸਾਰਾ ਦਿਨ ਮਾਇਆ ਦੇ ਅਰਥ ਕੰਮ ਕਰਦਾ ਹੈ ਸਾਰਾ ਦਿਨ ਜਿਹੜੀ ਸੁਰਤ ਹੈ ਉਹਦਾ ਹੀ ਚਿੰਤਨ ਕਰਦੀ ਹੈ ਉਹਦੀ ਵਿਚਾਰ ਕਰਦੀ ਹੈ ਉਹਦੀਆਂ ਗੱਲਾਂ ਕਰਦੀ ਹੈ ਇਹ ਗੱਲ ਹੋਰ ਸਮਝਣਾ ਸਾਧ ਸੰਗਤ ਜਿਹੜੀ ਚੀਜ਼ ਨਾਲ ਜ਼ਿਆਦਾ ਸਨੇਹ ਹੋਏਗਾ ਵਿਚਾਰਾਂ ਵਿੱਚ ਉਹੀ ਚਲਦੀ ਰਹੇਗੀ ਦਿਮਾਗ ਵਿੱਚ ਉਹੀ ਚਲਦੀ ਰਹਿੰਦੀ ਹੈ ਹਮੇਸ਼ਾ ਡਰ ਵੀ ਉਹਦਾ ਰਹਿੰਦਾ ਕਿਤੇ ਮੇਰੇ ਤੋਂ ਵਿਛੜ ਵੀ ਨਾ ਜਾਏ ਜਿਹੜੀ ਚੀਜ਼ ਜਿੰਨੀ ਜ਼ਿਆਦਾ ਕੀਮਤੀ ਹੈ ਜ਼ਿੰਦਗੀ ਵਿੱਚ ਜਿਨ੍ਹਾਂ ਵਾਸਤੇ ਜਿਹੜੀ ਚੀਜ਼ ਜ਼ਿਆਦਾ ਕੀਮਤੀ ਹੈ ਉਹਨਾਂ ਦੇ ਮਨ ਵਿੱਚ ਉਹੀ ਚਲਦੀ ਰਹਿੰਦੀ ਹੈ ਫਿਰ ਉਸ ਚੀਜ਼ ਦੀ ਕੀਮਤ ਪਤਾ ਹੈ ਤਾਂ ਕਰਕੇ ਉਹਨੂੰ ਵਿਛੜਨਾ ਵੀ ਨਹੀਂ ਚਾਹੁੰਦਾ ਮਨੁੱਖ ਨੂੰ ਮਾਇਆ ਦੀ ਕੀਮਤ ਪਤਾ ਹੈ ਮਨੁੱਖ ਦੀ ਜੇਬ ਦੇ ਵਿੱਚ 50000 ਰੁਪਏ ਹੋਣ ਤੇ ਕਿਤੇ ਡਿੱਗ ਜਾਣ ਕੀਮਤ ਪਤਾ ਹੈ ਕਹੀਂ ਦਿਨ ਨਿੰਦਰ ਨਹੀਂ ਪਾਏਗੀ ਦਿਨ ਰਾਤ ਉਹਦਾ ਚਿੰਤਨ ਵੀ ਚੱਲੇਗਾ ਅੰਦਰ ਕਿਉਂ ਹੌਲੀ ਹੌਲੀ ਕੀਮਤ ਸੁੱਕਣਾ ਸ਼ੁਰੂ ਹੋ ਜਾਏ ਚਿੰਤਨ ਬੜਾ ਗਹਿਰਾ ਚੱਲ ਪੈਂਦਾ ਹੈ ਉਹ ਪ੍ਰਾਣਾ ਦੇ ਨਾਲ ਜੁੜੀ ਹੋਈ ਚੀਜ਼ ਹੈ ਜਿਹੜੀ ਚੀਜ਼ ਨਾਲ ਪ੍ਰੇਮ ਹੁੰਦਾ ਹੈ ਉਹ ਪ੍ਰਾਣਾ ਦੇ ਨਾਲ ਜੁੜ ਜਾਂਦੀ ਹੈ ਦਿਲੀ ਪ੍ਰੇਮ ਜਨੋ ਅਸੀਂ ਕਹਿੰਦੇ ਆ ਦਿਲ ਤੇ ਚੋਟ ਮਾਰਦੀ ਹੈ ਤਾਂ ਕਰਕੇ ਦੁਨੀਆ ਦੇ ਵਿੱਚ ਕਈ ਵਾਰੀ ਵੇਖਿਆ ਜਾਂਦਾ ਹੈ ਕਈ ਲੋਕ ਬਜ਼ੁਰਗ ਹੁੰਦੇ ਨੇ ਕੋਈ ਬੱਚਾ ਚਲਾ ਜਾਏ ਦਿਨ ਰਾਤ ਉਹਦੀ ਚਿੰਤਾ ਕਰਦੇ ਨੇ ਪ੍ਰਾਣਾ ਤੇ ਚਿੰਤਾ ਕਰਦੇ ਨੇ ਸਰੀਰ ਵੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਚਿੰਤਾ ਬਹੁਤ ਵੱਡੀ ਚਿੰਤਾ ਤੇ ਬਹੁਤ ਤਕੜਾ ਰੋਗ ਹੈ ਔਰ ਚਿੰਤਾ ਦੀ ਦੁਨੀਆ ਤੇ ਦਵਾਈ ਕੋਈ ਨਹੀਂ ਹੈ ਸਾਦ ਸੰਗਤ ਸਿਰਫ ਰੱਬ ਦੇ ਨਾਮ ਤੋਂ ਬਿਨਾਂ ਗਿਆਨ ਤੋਂ ਕੋਈ ਦਵਾਈ ਨਹੀਂ ਹੈ ਜਿੰਨੀਆਂ ਦਵਾਈਆਂ ਮਿਲਦੀਆਂ ਨੇ ਨਿਊਰੋ ਵਾਲੇ ਜਿੰਨੀ ਦਵਾਈ ਦਿੰਦੇ ਨੇ ਸਾਰੀ ਦਵਾਈ ਨਸ਼ੇ ਦੀ ਹੈ 5-6 ਘੰਟੇ ਦਿੰਦੇ ਨੇ 5-7 ਘੰਟੇ ਦਿਮਾਗ ਠੀਕ ਰਹਿੰਦਾ ਹੈ ਫਿਰ ਉੱਠਦੇ ਨੇ ਫਿਰ ਚਿੰਤਾ ਫਿਰ ਖਾ ਲੈਂਦੇ ਨੇ ਜਿਹੜਾ ਮਨੁੱਖ ਨਸ਼ਾ ਕਰਦਾ ਹੈ ਕਈ ਵਾਰੀ ਚਿੰਤਾ ਨੂੰ ਦੂਰ ਕਰਨ ਵਾਸਤੇ ਵੀ ਕਰਦਾ ਜਦੋਂ ਮਨੁੱਖ ਨੂੰ ਗਹਿਰੀ ਪੀੜਾ ਹੁੰਦੀ ਹੈ ਉਹ ਫਿਰ ਹੌਲੀ-ਹੌਲੀ ਉਹਦਾ ਸਰੀਰ ਵੀ ਖਤਮ ਕਰਨਾ ਸ਼ੁਰੂ ਕਰ ਦਿੰਦੀ ਇਸ ਕਰਕੇ ਚਿੰਤਾ ਜਿਹੜੀ ਹੈ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਬਹੁਤ ਕੀਮਤੀ ਹੋਏ ਹੁਣ ਮੈਂ ਕਈ ਵਾਰੀ ਵੇਖਦਾ ਹੁਣ ਮਨੁੱਖ ਵਾਸਤੇ ਜਿਹੜਾ ਲੱਖ ਰੁਪਏ ਕਮਾਉਂਦਾ 10 ਰੁਪਏ ਦੀ ਕੋਈ ਕੀਮਤ ਨਹੀਂ ਹੈ 10 ਰੁਪਏ ਡਿੱਗ ਵੀ ਜਾਣਗੇ ਸ਼ਾਇਦ ਉਹਦਾ ਚਿੰਤਨ ਨਾ ਕਰੇ ਹੁਣ ਜੇ ਮਨੁੱਖ ਵਾਸਤੇ ਸਤ ਸੰਗਤ ਕੀਮਤੀ ਹੈ ਫਿਰ ਜਦੋਂ ਇਹਦੇ ਵਿੱਚ ਨਹੀਂ ਆਏਗਾ ਇਹਦਾ ਮਨ ਅੰਦਰੋਂ ਅੰਦਰ ਹੀ ਕਰਦਾ ਰਹੇਗਾ ਅੱਜ ਮੇਰੇ ਤੋਂ ਬੜੀ ਵੱਡੀ ਚੀਜ਼ ਛੁੱਟ ਗਈ ਹੈ ਇਹ ਵੀ ਗੱਲ ਯਾਦ ਰੱਖਣਾ ਜੇ ਗੁਰੂ ਇਹਦੇ ਵਾਸਤੇ ਕੀਮਤੀ ਹੈ ਜੇ ਨੋ ਜਿਸ ਦਿਨ ਉਹਦੀ ਬਾਣੀ ਨਹੀਂ ਪੜ੍ਹੇਗਾ ਜੇ ਬਾਣੀ ਕੀਮਤੀ ਹੈ ਜਦੋਂ ਤਈ ਉਹਦੀ ਵਿਚਾਰ ਨਹੀਂ ਕਰੇਗਾ ਉਦੋਂ ਤੇ ਇਹਦੇ ਮਨ ਵਿੱਚ ਲੱਗਾ ਰਹੇਗਾ ਅੱਜ ਮੇਰੀ ਜ਼ਿੰਦਗੀ ਖਰਾਬ ਚੱਲੀ ਗਈ ਕਿਉਂ ਅੱਜ ਮੇਰੇ ਬੜੇ ਸਾਂ ਖਰਾਬ ਚਲੇ ਗਏ ਅੱਜ ਮੈਂ ਵਿਚਾਰ ਨਹੀਂ ਕੀਤੀ ਰੱਬ ਦੀ ਵਿਚਾਰ ਨਹੀਂ ਕੀਤੀ ਜੇ ਕੀਮਤ ਨਹੀਂ ਹੈ ਫਿਰ ਚਲੋ ਕੋਈ ਅੱਜ ਨਹੀਂ ਕੇ ਕੱਲੋਂ ਚਲ ਜਾਵਾਂਗੇ ਕੱਲੋਂ ਨਹੀਂ ਕੇ ਪਰਸੋਂ ਚਲੇ ਜਾਵਾਂਗੇ ਕੀਮਤ ਨਹੀਂ ਹੈ ਬਾਣੀ ਕਹਿੰਦੀ ਰੱਬ ਦਾ ਨਾਮ ਅਨਮੋਲ ਹੈ ਪਰ ਕੀਮਤ ਨਹੀਂ ਪਤਾ ਕੀ ਕਰੀਏ ਲੋਕੀ ਐਵੇਂ ਗਵਾ ਰਹੇ ਨੇ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਨਹੀਂ ਹੈ ਕਿਉਂ ਪਰਮਾਤਮਾ ਦੀ ਕੀਮਤ ਨਹੀਂ ਪਤਾ ਉਹਦੇ ਨਾਮ ਦੀ ਕੀਮਤ ਨਹੀਂ ਪਤਾ ਜਿਸ ਦਿਨ ਉਹਦੀ ਕੀਮਤ ਪਤਾ ਲੱਗ ਜਾਏਗੀ ਉਸ ਦਿਨ ਫਰਮਨੁਖ ਇਹ ਕਹਿੰਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਜੇ ਇੱਕ ਘੜੀ ਵੀ ਪਰਮਾਤਮਾ ਤੇਰੇ ਤੋਂ ਬਿਨਾ ਨੰਗ ਜਾਏ ਮੇਰੇ ਅੰਦਰ ਕਲਯੁਗ ਵਾਪਰ ਜਾਂਦਾ ਜੀਵ ਆਤਮਾ ਦੇ ਵਿੱਚ ਬੜੇ ਦੋਸ਼ ਲੱਗਦੇ ਨੇ ਤੈਨੂੰ ਯਾਦ ਆਉਂਦੀ ਹੈ ਉਹ ਗਾਥਾ ਕੀਮਤ ਦੀ ਗੱਲ ਇੱਕ ਰਾਜਾ ਇੱਕ ਵਾਰੀ ਜੰਗਲ ਵਿੱਚ ਜਾਂਦਾ ਹੈ ਉੱਥੇ ਇੱਕ ਲੱਕੜਾਰਾ ਲੱਕੜਾ ਵੜਦਾ ਹੁੰਦਾ ਹੈ ਲੱਕੜਾ ਵੜਦਾ ਰਾਜੇ ਨੂੰ ਪਿਆਸ ਲੱਗਦੀ ਪਾਣੀ ਪਿਆ ਦਿੰਦਾ ਰਾਜਾ ਕਹਿੰਦਾ ਜਦੋਂ ਵੀ ਤੈਨੂੰ ਲੋੜ ਹੋਏ ਮੇਰੇ ਕੋਲ ਆਈ ਤੈਨੂੰ ਮੈਂ ਦੇਵਾਂਗਾ ਕੁਛ ਨਾ ਕੁਛ ਰਾਜੇ ਦੇ ਦਰਬਾਰ ਵਿੱਚ ਗਿਆ ਰਾਜੇ ਨੂੰ ਕਹਿੰਦਾ ਪਹਿਚਾਣ ਲਿਆ ਕਹਿੰਦੇ ਪਹਿਚਾਣ ਲਿਆ ਮੰਗੀ ਮੰਗਦਾ ਕਹਿੰਦੇ ਰਾਜਾ ਗਰੀਬ ਬੜਾ ਹਾਂ ਰਾਜਾ ਕਹਿੰਦਾ ਜਾ ਤੈਨੂੰ ਚੰਦਨ ਦਾ ਬਾਗ ਦਿੱਤਾ ਚਲਾ ਜਾਂਦਾ ਹੈ ਚੰਦਨ ਦੇ ਬਾਗ 6 ਮਹੀਨੇ ਬਾਅਦ ਰਾਜਾ ਫਿਰ ਜਾਂਦਾ ਹੈ ਜਾ ਕੇ ਕੀ ਵੇਖਦਾ ਉਹ ਲੱਕੜ ਹਾਰਾ ਅੱਜ ਵੀ ਲੱਕੜਾ ਵੜ ਰਿਹਾ ਹੈ ਰਾਜਾ ਕਹਿੰਦਾ ਤੈਨੂੰ ਚੰਦਨ ਦਾ ਬਾਗ ਦਿੱਤਾ ਸੀ ਤੂੰ ਅਮੀਰ ਨਹੀਂ ਹੋਇਆ ਕਹਿੰਦਾ ਨਹੀਂ ਰਾਜਾ ਮੇਰਾ ਤਾਂ ਕੰਮ ਉਹੀ ਹੈ ਲੱਕੜ ਵੜਣੀ ਹੈ ਕੋਲੇ ਬਣਾਉਣੇ ਨੇ ਤੇ ਵੇਚਾਈ ਦੇਣੇ ਨੇ ਕਹਿੰਦਾ ਚਾਲਾ ਸਾਰਾ ਬਾਗ ਤੇ ਤੂੰ ਵੜ ਲਿਆ ਹੈ ਇਹ ਜਿੰਨੀ ਕਿ ਬੱਤੀ ਇਹਦਾ ਮੁੱਲ ਕਰਾਇਆ ਉਹ ਲੈ ਗਿਆ ਦੁਕਾਨ ਦੇ ਉੱਤੇ ਮੁੱਲ ਕਰਾਇਆ ਉਹ ਕਹਿੰਦਾ ਇਹਦਾ ਮੁੱਲ ਤੇ ਕਈ ਹਜ਼ਾਰਾਂ ਲੱਖ ਰੁਪਏ ਹੈ ਕਿਉਂ ਕਿਉਂਕਿ ਇਹ ਲੱਕੜ ਤੇ ਹੈ ਪਰ ਲੱਕੜ ਚੰਦਨ ਦੀ ਹੈ ਲੱਕੜਹਾਰੇ ਨੇ ਉੱਥੇ ਹੀ ਸਿਰ ਤੇ ਹੱਥ ਮਾਰਿਆ ਰੋਣ ਲੱਗ ਪਿਆ ਜੋਰ ਲਾ ਲਾ ਕੇ ਕਿਉਂ ਕਹਿੰਦੇ ਰਾਜਾ ਮੇਰੇ ਕੋਲ ਚੰਦਨ ਦਾ ਬਾਗ ਸੀ ਮੈਂ ਆਪਣੀ ਅਗਿਆਨਤਾ ਦੇ ਵਿੱਚ ਆਪਣੀ ਬੇਸਮਝੀ ਵਿੱਚ ਨਾ ਸਮਝੀ ਵਿੱਚ ਜਿਵੇਂ ਬਚਪਨ ਤੁਸੀਂ ਕਹਿੰਦੇ ਆ ਮੈਂ ਬਚਪਨ ਦੇ ਵਿੱਚ ਸਮਝ ਲਓ ਆਪਣੀ ਨਾ ਸਮਝੀ ਦੇ ਵਿੱਚ ਇਹ ਚੰਦਨ ਦੇ ਬਾਗ ਨੂੰ ਲੋਕਾਂ ਨੂੰ ਕੋਲੇ ਬਣਾ ਬਣਾ ਕੇ ਵੇਚ ਦਿੰਦੇ ਸਾachsen ਇਸੇ ਤਰੀਕੇ ਨਾਲ ਇਹ ਸਰੀਰ ਇੱਕ ਬਾਗ ਹੈ ਇਹਦੇ ਵਿੱਚ ਆਉਣ ਵਾਲੇ ਸੁਆਸ ਚੰਦਨ ਨੇ ਮਨੁੱਖ ਕੋਲੇ ਬਣਾ ਬਣਾ ਸੁੱਟੀ ਜਾਂਦਾ ਜਿਸ ਦਿਨ ਥੋੜਾ ਜਿਹਾ ਬਚੇਗਾ ਜਿਸ ਦਿਨ ਇਹਨੂੰ ਸਮਝ ਆਏਗੀ ਇਹ ਮੱਥੇ ਦੇ ਹੱਥ ਧਰ ਕੇ ਰੋਏਗਾ ਇਹਨੇ ਜ਼ਿੰਦਗੀ ਦੇ ਬੜੇ ਵੱਡੇ ਸਮੇ ਨੂੰ ਖਰਾਬ ਕਰ ਲਿਆ ਹਜੇ ਨਹੀਂ ਆਏਗੀ ਬੇ ਸਮਝੀ ਵਿੱਚ ਜਦੋਂ ਤਈ ਬੇ ਸਮਝੀ ਹੈ ਮਨੁੱਖ ਕਈ ਵਾਰੀ ਸਾਰੇ ਘਰ ਨੂੰ ਵੀ ਜਾੜ ਲੈਂਦਾ ਫਿਰ ਵੀ ਹੱਸਦਾ ਹੈ ਆਗ ਲਗਾਏ ਮੰਦਰ ਮਹਿਸੂਮ ਹੈ ਆਪਣੇ ਘਰ ਅੱਗ ਲਾ ਕੇ ਵੀ ਮਨੁੱਖ ਹੱਸਦਾ ਰਹਿੰਦਾ ਹੈ ਜਦੋਂ ਤਈ ਨਾ ਸਮਝੀ ਹੈ ਆਪਣੇ ਪਿਓ ਦਾਦੇ ਦੀ ਬਣਾਈ ਸਾਰੀ ਜਾਗੀਰ ਵੇਚ ਕੇ ਵੀ ਲੋਕ ਹੱਸਦੇ ਰਹਿੰਦੇ ਨੇ ਕਿਉਂ ਬੇ ਸਮਝੀ ਹੈ ਨਾ ਤਾਂ ਨਹੀਂ ਹੈ ਨਾ ਸਮਝੀ ਹੈ ਜਦੋਂ ਤੈ ਨਾ ਸਮਝੀ ਜਾ ਰਹੀ ਹੈ ਉਦੋਂ ਤੈ ਕੁਝ ਵੀ ਨਹੀਂ ਮਿਲੇਗਾ ਜਿਸ ਦਿਨ ਨਾ ਸਮਝੀ ਖਤਮ ਹੋ ਜਾਏਗੀ ਬੇ ਸਮਝੀ ਖਤਮ ਹੋ ਜਾਏਗੀ ਜਿਸ ਦਿਨ ਗੁਰੂ ਦੇ ਨਾਮ ਦੀ ਸਮਝ ਪੈ ਗਈ ਰੱਬ ਦੀ ਸਮਝ ਪੈ ਗਈ ਜਿੱਥੇ ਵੀ ਖਲੋਤਾ ਹੋਏਗਾ ਮੱਥੇ ਤੇ ਹੱਥ ਮਾਰੇਗਾ ਸਾਰੀ ਜ਼ਿੰਦਗੀ ਖਰਾਬ ਕਰ ਲਈ ਜਿਸ ਦਿਨ ਕਦਰ ਪਤਾ ਲੱਗੇਗੀ ਰੱਬ ਦੇ ਨਾਮ ਦੀ ਸਤ ਸੰਗਤ ਦੀ ਇਸ ਕਰਕੇ ਮਹਾਰਾਜ ਕਹਿੰਦੇ ਕਈ ਕੋਟ ਦਰਸ਼ਨ ਪ੍ਰਪਿਆਸ ਤਿੰਨ ਕੋ ਮਿਲਿਓ ਪ੍ਰਭ ਵਿਨਾਸ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿੰਨ ਲੰਗਾ ਰੰਗ ਜਿਨ੍ਹਾਂ ਨੂੰ ਪਾਰ ਬ੍ਰਹਮ ਦਾ ਰੰਗ ਲੱਗਿਆ ਉਹ ਫਿਰ ਪ੍ਰਮਾਤਮਾ ਤੋਂ ਕਹਿੰਦੇ ਪ੍ਰਮਾਤਮਾ ਸਾਨੂੰ ਸਤ ਸੰਗਤ ਬਖਸ਼ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇਂ ਐਸੇ ਮਿਲਿ ਦੰਦ ਦੇ ਵਿੱਚ ਮੈਨੂੰ ਮਿਲਾਪ ਵੀ ਉਹਨਾਂ ਦਾ ਕਰਾਈ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚੇਤਾ ਅੰਤ ਦੇ ਵਿੱਚ ਮਹਾਰਾਜ ਕਹਿੰਦੇ ਨੇ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਜਿਨ੍ਹਾਂ ਤੇ ਪ੍ਰਮਾਤਮਾ ਆਪ ਬਖਸ਼ਿਸ਼ ਕਰਦਾ ਜਿਨ੍ਹਾਂ ਤੇ ਖੁਸ਼ ਹੋ ਜਾਂਦਾ ਉਹ ਨਾਰ ਧੰਤਾ ਦੇ ਜੋਗ ਨੇ ਨਮਸਕਾਰ ਦੇ ਜੋਗ ਨੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਆਮ ਕਰਕੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੇ ਜਿਹੜਾ ਆਪ ਬੰਦਗੀ ਕਰਦਾ ਤੇ ਦੂਜਿਆਂ ਨੂੰ ਬੰਦਗੀ ਲਈ ਪ੍ਰੇਰਿਤ ਕਰਦਾ ਹੈ ਬੜਾ ਵੱਡਾ ਮਨੁੱਖ ਹੈ ਉਹ ਜਿਹੜਾ ਆਪ ਬੰਦਗੀ ਕਰੇ ਦੂਜਿਆਂ ਨੂੰ ਪ੍ਰੇਰਿਤ ਕਰੇ ਗੁਰੂ ਜੀ ਕਹਿੰਦੇ ਉਹਦੀ ਧੂੜ ਮੈਨੂੰ ਮਿਲ ਜਾਏ ਮੇਰੇ ਅੰਦਰ ਵੀ ਸ਼ਾਂਤੀ ਹੈ ਇਹ ਏਡੀ ਵੱਡੀ ਗੱਲ ਸਿੱਧੇ ਮਾਰਗ ਤੇ ਤੋਰਨ ਵਾਲਿਆਂ ਦੀ ਸਦਾ ਜੈ ਜੈਕਾਰਾਂ ਹੁੰਦੀਆਂ ਨੇ